ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਪ੍ਰੋਗਰਾਮ ਚਰਚਾ ਦਾ ਮੁੱਦਾ ਬਿਸਵਕਤ ਹੈ ਜੀ ਇਸ ਮੌਕੇ ਦੇਸ਼ ਭਰ ਦੇ ਵਿੱਚ ਚਰਚਾ ਕੱਲ ਦੇ ਕਾਲੇ ਦਿਵਸ ਦੀ 6 ਮਹੀਨੇ ਪੂਰੇ ਹੋਣ ਤੇ ਕਿਸਾਨਾਂ ਨੇ ਤੇ ਕਿਸਾਨਾਂ ਦੇ ਸਮਰਥਨ ਵਿੱਚ ਵੱਖ-ਵੱਖ ਸੰਗਠਨਾਂ ਨੇ ਦੇਸ਼ ਭਰ ਦੇ ਵਿੱਚ ਕਾਲਾ ਦਿਵਸ ਮਨਾਇਆ ਚਾਹੇ ਚਾਰਖੰਡ ਹੋਵੇ ਚਾਹੇ ਉੱਤਰਾਖੰਡ ਹੋਵੇ ਚਾਹੇ ਯੂਪੀ ਹੋਵੇ ਚਾਹੇ ਹਿਮਾਚਲ ਹੋਵੇ ਪੰਜਾਬ ਹਰਿਆਣਾ ਤੇ ਪਹਿਲਾਂ ਹੀ ਪੂਰੇ ਖੁੱਲਕੇ ਨਾਲ ਨੇ ਸੋ ਇਸ ਲਈ ਪੂਰੇ ਦੇਸ਼ ਦੇ ਹਰ ਸੂਬੇ ਤੱਕ ਉਹ ਗੱਲ ਗਈ ਬੰਗਾਲ ਚ ਵੀ ਕਾਲੇ ਝੰਡੇ ਸੀ ਚਾਰਖੰਡ ਚ ਵੀ ਕਾਲੇ ਝੰਡੇ ਸੀ ਰਾਜਸਥਾਨ ਚ ਵੀ ਕਾਲੇ ਝੰਡੇ ਸੀ ਯੂਪੀ ਦੇ ਹਰ ਸ਼ਹਿਰ ਸੂਬੇ ਚ ਵੀ ਕਾਲੇ ਝੰਡੇ ਸੀ ਤੇ ਪੰਜਾਬ ਹਰਿਆਣਾ ਤਾਂ ਸੜਕਾਂ ਤੇ ਸੀ ਪੁਤਲੇ ਤੱਕ ਫੂਕੇ ਗਏ ਸੋ ਜਿੱਥੇ ਕਾਲੇ ਝੰਡੇ ਦੀ ਚਰਚਾ ਉੱਥੇ ਕਿਸਾਨ ਅੰਦੋਲਨ ਹੁਣ ਕਿਹੜੇ ਪੜਾਵਲ ਬਦ ਰਿਹਾ ਅਗਲੀ ਰਣਨੀਤੀ ਕੀ ਹੋਏਗੀ ਸਰਕਾਰ ਗੱਲਬਾਤ ਲਈ ਕਦੋਂ ਸੱਦੇਗੀ ਇਹਦੀਆਂ ਵੀ ਚਰਚਾਵਾਂ ਤੇ ਰਾਜਨੀਤਿਕ ਦਲਾਂ ਦਾ ਕਾਲ ਝੰਡੇ ਲਹਿਰਾਉਣਾ ਕੀ ਮਾਇਨੇ ਰੱਖਦਾ ਇਸ ਦੇ ਉੱਤੇ ਵੀ ਚਰਚਾ ਪਰ ਇਸ ਦੇ ਨਾਲ ਨਾਲ ਚਰਚਾ ਤਾਂ ਆਰਾ ਕਿਚਨ ਕਰਾਮਦੇਵ ਨੂੰ ਹੁਣ ਫੇਰ ਅੰਗਰੇਜ਼ੀ ਦਵਾਈਆਂ ਤੋਂ ਤਕਲੀਫ ਕਿਉਂ ਕੀ ਉਹਦਾ ਆਪਣਾ ਕਾਰੋਬਾਰ ਹਿੱਲ ਰਿਹਾ ਜਾਂ ਉਹਦੇ ਪਿੱਛੇ ਵੀ ਕੋਈ ਤਾਕਤ ਕੰਮ ਕਰ ਰਹੀ ਆ ਇਸੇ ਦੌਰਾਨ ਕੁਝ ਹੋਰ ਧਿਰਾਂ ਜਿਹੜੀਆਂ ਸਰਕਾਰ ਦੇ ਖਿਲਾਫ ਕੋਰਟ ਤੱਕ ਪਹੁੰਚ ਰਹੀ ਨੇ ਮੇਰਾ ਧਿਆਨ ਜਾ ਰਿਹਾ ਜਿਹੜੀਆਂ ਸਾਡੀਆਂ ਸੋਸ਼ਲ ਸਾਈਟਸ ਨੇ ਖਾਸ ਕਰਕੇ ਟਵਿੱਟਰ ਫੇਸਬੁੱਕ ਤੇ ਇਹ ਵਟਸਐਪ ਨੂੰ ਲੈ ਕੇ ਜਿਹੜੀਆਂ ਦਿੱਕਤਾਂ ਸਰਕਾਰ ਨਾਲ ਖੜੀਆਂ ਹੋ ਰਹੀਆਂ ਕੀ ਸਰਕਾਰ ਉਹਨਾਂ ਨੂੰ ਨਕੇਲ ਪਾਉਣਾ ਚਾਹੁੰਦੀ ਹੈ ਤੇ ਉਹਦੇ ਖਿਲਾਫੇ ਤਾਕਤਾਂ ਉੱਠ ਖੜੀਆਂ ਹੋਈਆਂ ਇਸ ਦੇ ਨਾਲ ਨਾਲ ਪੰਜਾਬ ਦੀ ਰਾਜਨੀਤੀ ਵੀ ਚਰਚਾ ਕਰਨੀ ਬਣਦੀ ਆ ਕੈਪਟਨ ਅਮਰਿੰਦਰ ਕੀ ਇੱਕ ਕਦਮ ਪਿੱਛੇ ਹੋ ਕੇ ਵੱਡਾ ਹਮਲਾ ਕਰਨ ਦੀ ਤਿਆਰੀ ਚ ਨੇ ਜਾਂ ਸੱਚਮੁੱਚ ਪਿੱਛੇ हट ਰਹੇ ਨੇ ਸੋ ਇਹ ਸਾਰੇ ਸਵਾਲ ਵਿਚਾਰਨ ਵਾਲੇ ਨੇ ਹਰ ਪਹਿਲੂ ਤੇ ਚਰਚਾ ਕਰਾਂਗੇ ਚਰਚਾ ਕਰਨ ਲਈ ਮਾਹਰ ਮਹਿਮਾਨ ਸੀਨੀਅਰ ਪੱਤਰਕਾਰ ਸੁਸ਼ੀਲ ਧਾਨ ਜੀ ਸਾਡੇ ਨਾਲ ਨੇ ਭਾਜੀ ਸੁਆਗਤ ਕਰਦਾ ਸ਼ੁਕਰੀਆ ਦੀਪਕ ਜੀ ਤੇ ਵਿਜ਼ਨ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਭਾਜੀ ਮੈਂ ਕਾਲੇ ਦਿਵਸ ਤੋਂ ਹੀ ਗੱਲ ਸ਼ੁਰੂ ਕਰਨੀ ਚਾਹੁੰਦਾ ਕਿ ਕਾਲਾ ਦਿਵਸ ਤੇਸ਼ਪਾਰਚ ਮਨਾਇਆ ਗਿਆ ਪੁਤਲੇ ਫੂਕੇ ਥਾਂ ਥਾਂ ਪ੍ਰਦਰਸ਼ਨ ਹੋਏ ਪਰ ਮੈਂ ਉਹਦੇ ਅਸਰ ਤੇ ਗੱਲ ਕਰਨਾ ਚਾਹੁੰਦਾ ਕਿ ਜਿਹੜੀ ਇਹ ਤਸਵੀਰ ਨੈਸ਼ਨਲ ਮੀਡੀਆ ਦਿਖਾ ਰਿਆ ਸੀ ਕਿ ਅੰਦੋਲਨ ਖਿੰਡ ਗਿਆ ਅੰਦੋਲਨ ਕਮਜ਼ੋਰ ਹੋ ਗਿਆ ਜਾਂ ਆਮ ਲੋਕ ਵੀ ਪੁੱਛਣ ਲੱਗੇ ਸੀ ਹੁਣ ਉਥੇ ਕੀ ਚੱਲ ਰਿਹਾ ਕੱਲ ਉਹਨਾਂ ਨੂੰ ਸਾਰੀ ਚਲਕ ਫੇਰ ਦੁਬਾਰਾ ਦਿਖੀ ਇਸ ਅੰਦੋਲਨ ਚ ਦੀਪਕ ਜੀ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆ ਜਿਹੜੀ 26 ਮਈ ਦਾ ਐਕਸ਼ਨ ਜਿਹੜਾ ਅਸੀਂ ਦੇਖਿਆ ਇਹ ਐਨੇ ਜ਼ਬਤ ਵਿੱਚ ਸੀ ਭਾਵੇਂ ਕਿਸਾਨ ਲੀਡਰਸ਼ਿਪ ਨੇ ਕਿਹਾ ਸੀ ਕਿ ਅਸੀਂ ਸਿਰਫ ਕਾਲੇ ਝੰਡੇ ਲਹਿਰਾਉਣੇ ਆ ਜਾਂ ਨਰੇਂਦਰ ਮੋਦੀ ਸਰਕਾਰ ਦੀਆਂ ناکਾਮੀਆਂ ਦੀ ਅਰਥਕ ਸਾਂਣੀ ਆ ਤੇ ਕਿਤੇ ਟ੍ਰੈਫਿਕ ਜਮ ਦਾ ਕਿਤੇ ਐਕਸ਼ਨ ਦਾ ਸੱਦਾ ਨਹੀਂ ਸੀ ਪਰ ਉਹ ਦੇ ਬਾਵਜੂਦ ਵੀ ਕਿਉਂਕਿ ਲੋਕ ਬਹੁਤ ਤਪੇ ਹੋਏ ਆ ਹਮ ਪੰਜਾਬ ਦੇ ਰਾਣੇ ਤੋਂ ਇਦਾਂ ਦੀਆਂ ਖਬਰਾਂ ਆਈਆਂ ਕਿ 10 ਤੋਂ 12 ਵਜੇ ਤੱਕ ਬਹੁਤ سارے ਥਾਵਾਂ ਤੋਂ ਟ੍ਰੈਫਿਕ ਜਮ ਵੀ ਕੀਤਾ ਪਰ ਜਿਹੜਾ ਜ਼ਬਤ ਹੈ ਉਹਨੂੰ ਕਾਇਮ ਰੱਖਿਆ ਹਮ ਸਿਰਫ ਟਕਰਾਜ ਹੀ ਸਥਿਤੀ ਆਈ ਹੈ ਗਾਜ਼ੀਪੁਰ ਬਾਰਡਰ ਤੇ ਉਹ ਵੀ ਸਧਾਰਨ ਜਿਹੜੇ ਕਿਸਾਨ ਉਹਨਾਂ ਨਾਲ ਨਹੀਂ ਹਮ ਟਕੈਰ ਟਕੈਰ ਸਾਹਿਬ ਦੇ ਨਾਲ ਤੇ ਉਹ ਸਮਝ ਆਉਂਦਾ ਹੈ ਕਿਉਂਕਿ ਕਿਉਂਕਿ ਰਕੀਸ਼ ਤਕੈਤ ਜਿਹੜੇ ਆ ਇਸ ਸਾਰੇ ਅੰਦੋਲਨ ਦੇ ਜਿਹੜੇ ਆ ਇੱਕ ਨਾਇਕ ਦੇ ਤੌਰ ਤੇ ਉਭਰੇ ਆ 28 ਜਨਵਰੀ ਤੋਂ ਬਾਅਦ ਤੇ ਉਹ ਬਹੁਤ ਤਕਲੀਫ ਦੇ ਰਹੇ ਆ ਤੇ ਅਗਲੀ ਤਕਲੀਫ ਉਹਨਾਂ ਦੀ ਇਹ ਹੈ ਜਿਹੜੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਇਲੈਕਸ਼ਨ ਤੇ ਵੱਡਾ ਅਸਰ ਪੈਣਾ ਸੋ ਓਵਰ ਆਲ ਜੇ ਅਸੀਂ 26 ਮਈ ਦਾ ਚਰਚਾ ਕਰੀਏ ਤੇ ਇੱਕ ਤਾਂ ਜ਼ਬਤ ਬਹੁਤ ਰਿਹਾ ਡਿਸਪਲਨ ਬਹੁਤ ਰਿਹਾ ਕਮਿਟਮੈਂਟ ਇੰਨੀ ਦੇਖੀ ਗਈ ਹੈ ਕਿ ਕੜਕ ਦੀ ਧੁੱਪ ਦੇ ਵਿੱਚ ਮਤਲਬ ਹਜ਼ਾਰਾਂ ਲੋਕ ਸੜਕਾਂ ਤੇ ਸੀ ਪੰਜਾਬ ਦੇ ਵਿੱਚ ਜਿਹੜੀ ਰਿਪੋਰਟ ਹੈ ਕਿ 1500 ਥਾਵਾਂ ਦੇ ਉੱਤੇ ਲੋਕ ਜਿਹੜਾ ਨੇ ਪ੍ਰਦਰਸ਼ਨ ਕੀਤਾ ਸੜਕਾਂ ਤੇ ਆ ਕੇ ਬਾਕੀ ਘਰਾਂ ਤੇ ਆਪਣੇ ਵਹੀਕਲਸ ਦੇ ਉੱਤੇ ਉਹਨਾਂ ਨੇ ਜਿਹੜੇ ਕਾਲੇ ਝੰਡੇ ਤੇ ਲਾਇਓ ਆਪਣੀ ਥਾਂ ਦੇ ਉੱਤੇ ਹੈ ਇਹ ਕੋ ਛੋਟੀ ਗਿਣਤੀ ਨਹੀਂ ਆ 1500 ਦੇ ਕਰੀਬ ਥਾਵਾਂ ਦੇ ਉੱਤੇ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰਦਰਸ਼ਨ ਹੋਣੇ ਜਦੋਂ ਤੁਸੀਂ ਦੁਹਾਈ ਪਾ ਰਹੇ ਆ ਜੀ ਕਰੋਨਾ ਕਾਲ ਚੱਲ ਰਿਹਾ ਜੀ ਕਰੋਨਾ ਚੱਲ ਰਿਹਾ ਕੈਪਟਨ ਅਮਰਿੰਦਰ ਬਾਰ-ਬਾਰ ਕਹਿ ਰਿਹਾ ਜੀ ਕਿਸਾਨ ਧਰਨਾ ਨਾ ਲਾਉਣ ਦਾ ਹੋਣ ਉਹਨਾਂ ਨੂੰ ਆਪਣਾ ਫਿਕਰ ਹੈ ਪਟਿਆਲੇ ਤੇ ਰੈਗੂਲਰ ਧਰਨਾ ਠਾਈ ਉੱਤੇ ਲੱਗਣਾ ਦਿਨ ਰਾਤ ਦਾ ਧਰਨਾ ਸੋ ਇਸ ਅੰਦੋਲਨ ਦਾ ਜਿਹੜਾ ਅਸਰ ਤੁਸੀਂ ਗੱਲ ਕਰਦੇ ਆ ਤੇ ਮੈਨੂੰ ਜੇ ਮੈਂ ਸੰਖੇਪ ਚ ਗੱਲ ਕਰਾਂ ਤੇ ਮੈਨੂੰ ਇਹ ਲੱਗ ਰਿਹਾ ਵੀ ਇਹ 26 ਮਈ ਦੇ ਨਾਲ ਨਾਲ ਜਿਹੜਾ ਪਿਛਲੇ 6 ਮਹੀਨੇ ਦਾ ਕਪੂਰੇ ਦਾ ਪੂਰਾ ਜਿਹੜਾ ਸਮਾਂ ਆ ਜਿਹਦੇ ਵਿੱਚ ਸਾਰੀਆਂ ਸਾਜਸ਼ਾਂ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਸਰਕਾਰ ਦੀਆਂ ਫੇਲ ਹੋਈਆਂ ਵੀ ਇਸ ਅੰਦੋਲਨ ਨੂੰ ਜਾਂ ਬਦਨਾਮ ਕਰ ਦੋ ਜਾਂ ਇਸ ਅੰਦੋਲਨ ਦੇ ਵਿੱਚ ਕਾਲੀਆਂ ਭੇਡਾਂ ਆਪਣੀਆਂ ਬਾੜ ਕੇ ਇਸ ਅੰਦੋਲਨ ਨੂੰ ਤੋੜ ਦਿਓ ਜਾਂ ਇਸ ਅੰਦੋਲਨ ਨੂੰ ਹਿੰਸਾ 'ਚ ਕਿਸੇ ਤਰੀਕੇ ਨਾਲ ਲੈ ਜਾਓ ਤੇ ਪਰ ਉਹ ਸਾਰੇ ਕੁਝ ਨੂੰ ناکਾਮ ਕਰਕੇ ਜਦੋਂ 26 ਮਈ ਦਾ ਦਿਨ ਹੋਣਾ 6 ਮਹੀਨੇ ਦਾ ਦੇ ਦਿੱਲੀ ਦੇ ਬਾਰਡਰ ਦੇ ਉੱਤੇ ਧੜਨਿਆਂ ਦਾ ਤੇ ਉਹੀ ਦਿਨ ਜਿਹੜਾ ਹੁੰਦਾ ਨਰੇਂਦਰ ਮੋਦੀ ਸਰਕਾਰ ਦੇ 7 ਸਾਲ ਪੂਰੇ ਹੁੰਦੇ ਆ 5 ਸਾਲ ਪਹਿਲੇ 2 ਸਾਲ ਹੁਣ ਤੇ ਇਸ ਅੰਦੋਲਨ ਦੀ ਜਿਹੜੀ ਗੂੰਜ ਆ 6 ਮਹੀਨਿਆਂ ਦੀ ਤੇ ਨਾਲ ਕਰੋਨਾ ਵਾਇਰਸ ਦੇ ਮੁਹਾਜਦੇ ਉੱਤੇ ਸਰਕਾਰ ਦੀ ਜਿਹੜੀ ਫੇਲਰ ਹੈ ਉਹਨੇ ਸਰਕਾਰ ਨੂੰ ਮਜਬੂਰ ਕਰ ਦਿੱਤਾ ਹੈ ਕਿ ਇਹ ਦੋ ਫਰੰਟਾਂ ਦੇ ਉੱਤੇ ਜਿਹੜੀ ਉਹ ਘਰੀ ਹੋਈ ਹੈ ਇਹ ਤੋਂ ਨਿਕਲਣਾ ਕਿਦਾਂ ਹੈ ਮਤਲਬ 7 ਸਾਲਾਂ ਦੇ ਕਾਰਜਕਾਲ ਤੇ ਆ 6 ਮਹੀਨੇ ਭਾਰੀ ਪੈ ਗਏ ਪੈ ਗਏ ਲਾਜ਼ਮੀ ਤੌਰ ਤੇ ਪੈ ਗਏ ਤੁਸੀਂ ਦੇਖੋ ਜਿਹੜੀ 4 ਮਹੀਨੇ ਤੋਂ ਗੱਲ ਟੁੱਟੀ ਹੋਈ ਹੈ ਉਹ ਗੱਲ ਹੁਣ ਉਹਦੇ ਦਰਵਾਜ਼ੇ ਖੁੱਲਣ ਵਾਲੇ ਆ ਜੇ ਤਾਂ ਸਰਕਾਰ ਨੇ ਥੋੜੀ ਬਹੁਤ ਵੀ ਸਿਆਣਪ ਕਰਦੀਆਂ ਤਾਂ ਉਹਨੂੰ ਦਰਵਾਜ਼ੇ ਖੋਲ੍ਹਨੇ ਪੈਣਗੇ ਗੱਲਬਾਤ ਦੇ ਦਰਵਾਜ਼ੇ ਖੋਲ੍ਹਨੇ ਪੈਣਗੇ ਜਾਂ ਜੇ ਜਿਹੜੀ ਜ਼ਿੱਦ ਹੈ ਜਿਹੜੀ ਉਹ ਕਹਦੇ ਕਿ ਕਿਸਾਨ ਜ਼ਿੱਦ ਲੈ ਕੇ ਬੈਠੇ ਜ਼ਿੱਦ ਅਸਲ ਕਿ ਸਰਕਾਰ ਦੀ ਹੈ ਉਹ ਜ਼ਿੱਦ ਦੇ ਪਿੱਛੇ ਬੇਈਮਾਨੀ ਹੈ ਉਹ ਬੇਈਮਾਨੀ ਦੇ ਪਿੱਛੇ ਕਾਰਪੋਰੇਟ ਦਾ ਜਿਹੜਾ ਲੁੱਟ ਤੰਤਰ ਕੰਮ ਕਰ ਰਿਹਾ ਜਿਹਦੇ ਦਵਾ ਦੇ ਹੇਠ ਸਰਕਾਰ ਕੰਮ ਕਰ ਰਹੀ ਹੈ ਸੋ ਇਹ ਜ਼ਿੱਦ ਜੇ ਤਾਂ ਉਹ ਛੱਡ ਦੇਗੀ ਜ਼ਿੱਦ ਛੱਡਣ ਦੀ ਸਿਆਣਪ ਵਰਤੇਗੀ ਸਰਕਾਰ ਫੇਰ ਤਾਂ ਹੋ ਸਕਦਾ ਥੋੜਾ ਬਹੁਤ ਬੰਨ ਸ਼ੋਭੋ ਕਰ ਲੈਣ ਥੋੜਾ ਬਹੁਤ ਰਿਵਾਈਵ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ ਉੱਚ ਮਾੜੀ ਮੋਟੀ ਸਫਲਤਾ ਮਿਲ ਸਕਦੀ ਹੈ ਨਹੀਂ ਤਾਂ ਜੋ ਕੁਝ ਆਉਣ ਵਾਲਾ ਸਮਾਂ ਦਿਖਾਈ ਦੇ ਰਿਹਾ ਉਹ ਇਹ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ 224 ਚ ਬੇਦਖਲ ਹੋਏਗੀ ਉਸ ਤੋਂ ਪਹਿਲਾਂ ਜਿੰਨੀਆਂ ਵੀ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਜਿਹਦੇ ਵਿੱਚ ਸਭ ਤੋਂ ਇੰਪੋਰਟੈਂਟ ਉੱਤਰ ਪ੍ਰਦੇਸ਼ ਹੈ ਉਤਰਾਖੰਡ ਹੈ ਪੰਜਾਬ ਵੀ ਬਹੁਤ ਇੰਪੋਰਟੈਂਟ ਹੈ ਪਰ ਪੰਜਾਬ ਦੇ ਵਿੱਚ ਬਹੁਤ ਬੁਰੀ ਹਾਲਤ ਹੈ ਭਾਰਤੀ ਜਨਤਾ ਪਾਰਟੀ ਤੇ ਉਸੇ ਤਰ੍ਹਾਂ ਦਾ ਸੀਨ ਉਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਵਿੱਚ ਵੀ ਦਿਖਾਈ ਦੇ ਰਿਹਾ ਪੰਚਾਇਤ ਇਲੈਕਸ਼ਨ ਦੇ ਵਿੱਚ ਜਿਹਨੇ ਦੱਸ ਦਿੱਤਾ ਹੈ ਸੋ ਮਨ ਲੱਗਦਾ ਹੈ ਕਿ ਜੇ ਤਾਂ ਵੋਟਾਂ ਦੀ ਹੀ ਭਾਸ਼ਾ ਸਮਝਣੀ ਆ ਉਹਨੇ ਕਾਮੀ ਉਹਨੂੰ ਇਹ ਮੰਨਣਾ ਪਏਗਾ ਵੀ ਡਾਇਰੈਕਟਰ ਟੇਬਲ ਤੇ ਆਓ ਸਖਤੀ ਹਰ ਕਿਸੇ ਵੀ ਲੈਵਲ ਦੇ ਉੱਤੇ ਕਿਸਾਨ ਅੰਦੋਲਨ ਤੇ ਉਹ ਨਹੀਂ ਕਰ ਸਕਦਾ ਸਖਤੀ ਕਰਨ ਦਾ ਮਤਲਬ ਹੈ ਕਿ ਆਪਣੀ ਜੜ੍ਹਾਂ ਦੇ ਵਿੱਚ ਆਪ ਤੇ ਲੋ ਤਾਂ ਦੂਜੀ ਗੱਲ ਇਹ ਹੈ ਕਿ ਮੈਂ ਸ਼ੁਰੂ ਤੋਂ ਇਮਾਨਦਾਰ ਰਿਹਾ ਕਿ ਜਿਹੜੇ ਇਸ ਤਰ੍ਹਾਂ ਦੇ ਅੰਦੋਲਨ ਹੁੰਦੇ ਆ ਜਿਹੜੇ ਵਿਆਪਕ ਕੈਨਵਸ ਜਿਹੜਾ ਆਪਣਾ ਉਸਾਰ ਲੈਂਦੇ ਆ ਇਹਨਾਂ ਅੰਦੋਲਨਾਂ ਨੇ ਸਟੈਪ ਬਦਰ ਸਟੈਪ ਜਿਹੜੇ ਆਪਣੇ ਰੂਪ ਵੀ ਬਦਲਦੇ ਬਦਲਦੇ ਹੁੰਦੇ ਆ ਤੇ ਉਹ ਰੂਪ ਬਦਲੇ ਵੀ ਆ ਪੰਜਾਬ ਤੋਂ ਉੱਤ ਕੇ ਹਰਿਆਣਾ ਤੋਂ ਹੁੰਦਾ ਹੈ ਅੰਦੋਲਨ ਜਿਹੜਾ ਦਿੱਲੀ ਦੇ ਬੁਰੂਆਂ ਤੇ ਪਹੁੰਚਿਆ ਉਸ ਤੋਂ ਬਾਅਦ ਸਾਰੇ ਦੇਸ਼ ਚ ਫੈਲਦਾ ਫੈਲਦਾ ਫਿਰ ਇੱਕ ਰੂਪ ਇਹਨੇ اختیار ਕੀਤਾ ਵੀ ਠੀਕ ਹੈ ਤੁਸੀਂ ਵੋਟਾਂ ਦੀ ਭਾਸ਼ਾ ਸਮਝਦੇ ਆ ਚਲੋ ਫੇ ਆਓ ਫੇ ਪੱਛਮੀ ਬੰਗਾਲ ਤੇ ਉਹ ਪੱਛਮੀ ਬੰਗਾਲ ਦੇ ਵਿੱਚ ਜਿਹੜੇ ਨਤੀਜੇ ਆਏ ਆ ਭਾਵੇਂ ਉਹ ਮੇਜਰ ਫੈਕਟਰ ਨਹੀਂ ਸੀ ਉੱਥੇ ਕਿਸਾਨਾਂ ਦਾ ਫੈਕਟਰ ਕੋਈ ਮੇਜਰ ਫੈਕਟਰ ਨਹੀਂ ਸੀ ਪੱਛਮੀ ਬਗਾਲ ਦੇ ਪਰ ਉਹਦੇ ਉਲਟ ਉੱਤਰ ਪ੍ਰਦੇਸ਼ ਦੇ ਵਿੱਚ ਮੇਜਰ ਫੈਕਟਰ ਬਣਨ ਜਾ ਰਿਹਾ ਹੈ ਤੇ ਜੇ 80 ਸੀਟਾਂ ਦੇ ਵਿੱਚੋਂ ਅੱਜ 77 ਸੀਟਾਂ ਆਇਆ ਭਾਰਤੀ ਜਨਤਾ ਪਾਰਟੀ ਦੇ ਕੋਲ 400 ਸੀਟਾਂ ਤੋਂ ਜ਼ਿਆਦਾ ਵਿਧਾਨ ਸਭਾ ਦੀਆਂ ਸੀਟਾਂ ਦੇ ਵਿੱਚੋਂ 300 ਤੋਂ ਜ਼ਿਆਦਾ ਸੀਟਾਂ ਉਹਦੇ ਕੋਲ ਆ ਉਹ ਸਾਰੀਆਂ ਸਥਿਤੀਆਂ ਉਲਟਨ ਵਾਲੀਆਂ ਤੇ ਜੇ ਸੋ ਦੋਨੋਂ ਨਾਲ ਲੈਵਲ ਤੇ ਮੈਨੂੰ ਲੱਗਦਾ ਸਰਕਾਰ ਤੋਂ ਥੋੜੀ ਬਹੁਤ ਆਪਣੇ ਆਪਣੇ ਆਪ ਨੂੰ ਬਚਾਉਣ ਲਈ ਸਿਆਣਪ ਵਰਤਣੀ ਚਾਹੀਦੀ ਹੈ ਸਿਆਣਪ ਇੱਥੇ ਹੈ ਤਾਂ ਹੈ ਨਹੀਂ ਉਹਨਾਂ ਕੋਲ ਪਰ ਇਨਵਰਟਰ ਕੌਮ ਵਿੱਚ ਗੱਲ ਕਰੀਏ ਥੋੜੀ ਬਹੁਤ ਸਿਆਣਪ ਆਪਣੇ ਆਪ ਨੂੰ ਬਚਾਉਣ ਲਈ ਕਰਨੀ ਹੋਵੇ ਵੀ ਇੱਕ ਤਾਂ ਇਹ ਆ ਵੀ ਚਲੋ ਡਾਇਲੌਗ ਤੇ ਆ ਜੰਦੇ ਆ ਉਹਨਾਂ ਦੀ ਪ੍ਰੋਪੋਜ਼ਲ ਕੀ ਹੁੰਦੀ ਹੈ ਇਹ ਉਹਨਾਂ ਨੂੰ ਪਤਾ ਹੋਊਗਾ ਪਰ ਪ੍ਰੋਪੋਜ਼ਲ ਉਹਨਾਂ ਨੂੰ ਵੱਖਰੀ ਦੇਣੀ ਪੈਣੀ ਆ ਅੱਗੇ ਡੇਢ ਸਾਲ ਦੀ ਪ੍ਰੋਪੋਜ਼ਲ ਸੀ ਵੀ ਡੇਢ ਸਾਲ ਵਾਸਤੇ ਅਸੀਂ ਪੋਸਟਪੋਨ ਕਰ ਦਿੰਦੇ ਆ ਇਹ ਕਾਨੂੰਨ ਹੁਣ ਮੈਨੂੰ ਲੱਗਦਾ ਇਹ ਨਵੀਂ ਪ੍ਰੋਪੋਜ਼ਲ ਲੈ ਕੇ ਆ ਸਕਦੇ ਆ ਵੀ ਸਾਡੀ 3 ਸਾਲ ਸਰਕਾਰ ਰਹਿ ਗਈ ਅਸੀਂ ਇਹਨਾਂ ਕਾਨੂੰਨਾਂ ਨੂੰ ਨਹੀਂ ਲਾਉਂਦੇ ਹੱਥ ਅਗਲੀ ਸਰਕਾਰ ਆਊਗੀ ਉਹ ਦੇਖੋਗੇ ਤੇ ਕਿਸਾਨ ਲੀਡਰਸ਼ਿਪ ਇਹ ਤੇ ਕੀ ਫੈਸਲਾ ਕਰਦੀ ਆ ਇਹ ਉਹਨਾਂ ਦੀ ਆਪਣੀ ਸਮਝਦਾਰੀ ਆ ਇਹਦੇ ਤੇ ਮੇਰਾ ਹੱਕ ਨਹੀਂ ਮੈਂ ਕੋਈ ਟਿੱਪਣੀ ਕਰਾਂ ਕਿ ਉਹਨਾਂ ਨੂੰ ਆਹ ਕਰਨਾ ਚਾਹੀਦਾ ਕਿਸੇ ਨੂੰ ਵੀ ਹੱਕ ਨਹੀਂ ਜਿਹੜੇ ਲੋਕ ਕਿਸਾਨ ਅੰਦੋਲਨ ਨੂੰ ਲੀਡ ਕਰਦੇ ਜਿਹੜੇ ਕਿਸਾਨ ਜਥੇਬੰਦੀ ਦੇ ਆਗੂ ਹਨ ਜਿਹੜੇ ਉਹਨਾਂ ਨੂੰ ਸਲਾਹਾਂ ਦਿੰਦੇ ਆ ਨਾ ਉਹ ਮੈਨੂੰ ਲੱਗਦਾ ਅੱਜ ਦੀ ਤਰੀਕ ਦੇ ਵਿੱਚ ਉਹ ਖਾਸ ਤੌਰ ਤੇ ਜਨਤਕ ਫਰੰਟਾ ਦੇ ਜਿਹੜੇ ਸਲਾਹਾਂ ਦਿੰਦੇ ਆ ਜਿਹੜੇ ਇਕੱਲੇ ਇਕੱਲੇ ਬੰਦੇ ਆ ਜਾਂ ਕਹ ਲੋ ਵੀ ਉਹ ਜਿਹੜੇ ਜਿਨ੍ਹਾਂ ਨੂੰ ਮੈਂ ਰਜਾਈ ਵਿਦਵਾਨ ਕਹਿੰਦਾ ਆਪਣੀ ਬੈੱਡ ਤੇ ਬੈਠੇ ਫੇਸਬੁੱਕ ਤੇ ਤੇ ਲਾਈਵ ਹੋ ਕੇ ਸਲਾਹਾਂ ਦਿੰਦੇ ਆ ਵੀ ਕਿਸਾਨ ਲਈ ਡਰਾ ਕਰਨ ਉਹ ਅਸਲ ਦੇ ਵਿੱਚ ਕਿਸਾਨ ਐਜੀਟੇਸ਼ਨ ਦੇ ਜਾਂ ਆਵਾਮੀ ਐਜੀਟੇਸ਼ਨ ਜਿਹੜੀ ਉੱਭਰੀ ਉਹਦੇ ਅਸਲੀ ਦੁਸ਼ਮਣ ਹੈ ਤੇ ਪਰ ਇਹ ਸਭ ਦੇ ਦਰਮਿਆਨ ਜਿਹੜੀ ਰਾਜਨੀਤਿਕ ਧਿਰਾਂ ਸਾਹਮਣੇ ਹੈ ਜਿਨ੍ਹਾਂ ਨੂੰ ਅੰਦੋਲਨ ਨੇ ਦੂਰ ਰੱਖਿਆ ਸਟੇਜ ਤੋਂ ਦੂਰ ਰੱਖਿਆ ਆਪਣੇ ਅੰਦੋਲਨ ਦੀ ਕਾਰਵਾਈਆਂ ਤੋਂ ਦੂਰ ਰੱਖਿਆ ਉਹ ਰਾਜਨੀਤਿਕ ਧਿਰਾਂ ਨਾਲ ਖੁੱਲ ਕੇ ਆ ਰਹੀਆਂ ਚਾਹੇ ਉਹ ਚਿੱਠੀ ਲਿਖਣਾ ਹੋਵੇ ਚਾਹੋ ਬਿਲ ਵਾਪਸੀ ਦੀ ਮੰਗ ਕਰਨਾ ਹੋਵੇ ਚਾਹੇ ਝੰਡੇ ਲਾਉਣ ਦੀ ਗੱਲ ਹੋਵੇ ਪੰਜਾਬ ਹਰਿਆਣਾ ਤੇ ਇਸ ਦੇ ਹੋਰ ਲੀਡਰਾਂ ਨੇ ਵੀ ਆਪੋ ਆਪਣੇ ਘਰਾਂ ਦੇ ਝੰਡੇ ਲਾਏ ਉਹਨੂੰ ਮਿਲਦਾ ਤਾਂ ਕਿਸਾਨ ਅੰਦੋਲਨ ਦਾ ਜਿਹੜਾ ਪਹਿਲਾ ਕਦਮ ਸੀ ਦਿੱਲੀ ਵੱਲ ਨੂੰ ਵਧਣ ਦਾ ਤੇ ਜਿਸ ਤਰੀਕ ਨਾਲ ਅੰਦੋਲਨ ਉਸਰਦਾ ਉਸਰਦਾ ਇੱਥੇ ਤੱਕ ਪਹੁੰਚਿਆ ਪਹਿਲੇ ਮਹੀਨੇ ਦੇ ਵਿੱਚ ਉਹਦੇ ਨਤੀਜੇ ਆ ਗਏ ਸੀ ਕਿ ਜਿਹੜੀਆਂ ਸਿਆਸੀ ਤਿਰਾਂ ਉਹ ਕਿਵੇਂ ਡਰ ਗਈਆਂ ਇਸ ਅੰਦੋਲਨ ਤੋਂ ਪਹਿਲੇ ਦਿਨ ਤੋਂ ਹੀ ਖਾਸ ਤੌਰ 'ਤੇ ਪੰਜਾਬ ਦਾ ਰਾਜਨੀਤਿਕ ਸਮੀਕਰਨ ਬਦਲ ਕੇ ਰੱਖ ਦਿੱਤਾ ਇਸ ਅੰਦੋਲਨ ਨੇ ਕੋਈ ਸੋਚ ਸਕਦਾ ਸੀ ਵੀ ਜਿਹੜੀ ਹਿੰਦੂ ਸਖੇਕਤਾ ਦੇ ਨਾਂ ਦੇ ਉੱਤੇ ਲੋਕਾਂ ਦਾ ਧੋਖਾ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਵਾਲੇ ਤੇ ਭਾਰਤੀ ਜਨਤਾ ਪਾਰਟੀ ਵਾਲੇ ਇਹਨਾਂ ਦਾ ਰਿਸ਼ਤਾ ਟੁੱਟ ਜਾਊਗਾ ਜਿਹੜੇ ਕਹਿੰਦੇ ਸੀ ਸਾਡਾ ਪਤੀ ਪਤਨੀ ਵਾਲਾ ਰਿਸ਼ਤਾ ਹੈ ਉਹ ਰਿਸ਼ਤਾ ਵੀ ਤੋੜਤਾ ਉਹ ਪੱਕਾ ਡਾਈਵੋਰਸ ਇੱਕ ਕਿਸਮ ਦਾ ਕਰਵਾ ਦਿੱਤਾ ਤੇ ਬੀਬੀ ਹਰਸਨਰ ਕੋ ਬਾਦਲ ਜਿਹੜੇ ਜਿਨ੍ਹਾਂ ਦਾ ਟੱਬਰ ਦੀ ਪੂਰੀ ਦੀ ਪੂਰੀ ਇੱਕ ਵਿਰਾਸਤ ਹੈ ਕਿ ਕੁਰਸੀ ਤੋਂ ਬਿਨਾ ਕੋ ਚਾਹੀਦਾ ਨਹੀਂ ਉਹਨਾਂ ਨੂੰ ਕੁਰਸੀ ਛੱਡ ਕੇ ਹੋਣਾ ਪਿਆ ਕੈਪਟਨ ਉਮਰਿੰਦਰ ਸਿੰਘ ਜਿਨ੍ਹਾਂ ਦੀ ਆਪਣੀ ਕਾਂਗਰਸ ਪਾਰਟੀ ਇਸ ਇਕਨੋਮਿਕ ਮਾਡਲ ਦੀ ਜਿਹੜੀ ਜਨਕ ਹੈ ਜਾਂ ਕਹਿ ਲਓ ਉਹ ਉਹਦਾ ਜਨੇਪਾ ਜਿਹੜਾ ਉਹਨੇ ਕੀਤਾ ਹੋਇਆ ਤੇ ਨਰਸਿਮਹਾ ਰਾਓ ਦੀ ਸਰਕਾਰ ਵੱਲੇ ਉਹ ਕੈਪਟਨ ਉਮਰਿੰਦਰ ਜਿਹੜੇ ਆ ਪੈਡਲਰ ਕੇਂਦਰੀ ਕਾਨੂੰਨ ਦੇ ਅਸਰ ਖਤਮ ਕਰਨ ਦੇ ਨਾਂ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਆਪਣੇ ਬਿੱਲ ਲੈ ਕੇ ਆ ਗਏ ਇਹ ਸਾਰੀਆਂ ਸਾਰੀਆਂ ਇਹਨੂੰ ਮੈਂ ਸਿਆਸੀ ਨਾਟਕੀ ਕਹਿੰਦਾ ਤੇ ਇਹ ਇੱਕ ਕਿਸਾਨਾਂ ਦੀ ਜਿੱਤ ਵੀ ਹੈ ਅੱਜ ਵੀ ਮੈਨੂੰ ਦੱਸੋ ਬਈ ਜੇ ਸੱਚਮੁੱਚ ਇਹ ਨੋਜੋ ਸਿੰਘ ਸਿੱਧੂ ਕਿਸਾਨਾਂ ਦੇ ਹੱਕs ਸੀਗੇ ਤੇ ਹਾਲੇ ਤੱਕ ਜਿਉ ਆਪਣੇ ਮੰਤਰੀ ਦੇ ਅਹੁਦੇ ਨੂੰ ਛੱਡ ਸਕਦੇ ਆ ਤੇ ਇਸ ਵੇਲੇ ਵੀ ਕੰਮ ਕਿਉਂ ਨਹੀਂ ਵਧਾਇਆ ਕਿਉਂ ਹੈ ਛੱਡ ਦੇ ਨਾ ਪਹਿਲੇ ਦਿਨ ਤੋਂ ਕਹਿੰਦੇ ਮੈਂ ਤਾਂ ਭਾਈ ਮੈਂ ਪੰਜਾਬ ਲਈ ਆ ਮੈਂ ਪੰਜਾਬ ਲਈ ਖੜਾ ਮੈਂ ਪੰਜਾਬ ਦੇ ਕਿਸਾਨਾਂ ਲਈ ਖੜਾ ਮੈਂ ਪੰਜਾਬ ਦੀ ਹੋਂਦ ਲਈ ਖੜਾ ਛੱਡ ਦੇਂਦੇ ਕਾਂਗਰਸ ਪਾਰਟੀ ਹੋਰ ਵੀ ਜਿੰਨੀ ਬੇਕਦਰਹੀ ਹੋ ਰਹੀ ਹੈ ਹੋਰ ਵੀ ਜਿੰਨੀ ਬੇਕਦਰਹੀ ਉਹਨਾਂ ਨੂੰ ਇੱਜ਼ਤ ਵਾਦੀ ਉਹਨਾਂ ਇੱਜ਼ਤ ਵਾਦੀ ਤੇ ਉਹ ਸ਼ਾਇਦ ਨਾਇਕ ਹੁੰਦੇ ਇਸ ਵੇਲੇ ਆਪਣੇ ਛੱਤ ਤੇ 26 ਮਈ ਤੋਂ ਪਹਿਲਾਂ 25 ਮਈ ਨੂੰ ਦੋ ਆਪਣੇ ਘਰਾਂ ਤੇ ਕਾਲੇ ਝੰਡੇ ਲਹਿਰਾਉਣ ਦੇ ਨਾਲ ਕੋਈ ਕਿਸਾਨਾਂ ਦਾ ਹੱਥਾਚੀ ਨਹੀਂ ਹੋ ਜਾਂਦਾ ਇਸ ਬੇ ਪਪੂਲਿਜ਼ਮ ਦੀ ਪੋਲਿਟਿਕਸ ਹੈ ਤੇ ਉਹਦੀ ਤਰਫ਼ ਦੇ ਉੱਤੇ ਬਾਕੀ ਸਾਰੇ ਤਰਫ਼ ਹੈ ਉਹਨਾਂ ਨੂੰ ਲੱਗਾ ਵੀ ਹਾਂ ਬਾਕੀ ਕਾਂਗਰਸ ਦੇ ਆਗੂ ਨੂੰ ਵੀ ਲੱਗਾ ਵੀ ਨਹੀਂ ਸਾਨੂੰ ਵੀ ਨਾਲ ਆਉਣਾ ਚਾਹੀਦਾ ਅਕਾਲੀ ਦਲ ਪਹਿਲੀ ਵਾਰ ਦੇਖਿਆ ਕਿ ਉੱਥੇ ਬਾਦਲਾਂ ਦੇ ਰਿਹائش ਤੇ ਬਾਦਲ ਪੰਡ ਦੇ ਵਿੱਚ ਕਾਲੇ ਝੰਡੇ ਲਹਿਰਾ ਰਹੇ ਆ ਪਰ ਇਹ ਇਹ ਸਾਰਾ ਕੁਝ ਇੱਕ ਇਹਨੂੰ ਇਹ ਦੋ ਤਰ੍ਹਾਂ ਦੇਖ ਸਕਦੇ ਹੋ ਇੱਕ ਤਾਂ ਇਹ ਕਿਸਾਨਾਂ ਦੀ ਜਿੱਤ ਹੈ ਕਿ ਕਿਸਾਨਾਂ ਨੇ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਵੀ ਮਜਬੂਰ ਕਰ ਦਿੱਤਾ ਕਿ ਤੁਸੀਂ ਸਾਡੀ ਹੱਕ 'ਚ ਗੱਲ ਕਰੋ ਫਿਜ਼ੀਕਲੀ ਫੇ ਵੀ ਨਹੀਂ ਆਉਂਦੇ ਹਾਂ ਈਵਨ 12 ਪਾਰਟੀਆਂ ਨੇ ਨੈਸ਼ਨਲ ਪਾਰਟੀਆਂ ਨੇ ਵੀ ਖੇਤਰੀ ਪਾਰਟੀਆਂ ਨੇ ਵੀ 26 ਮਈ ਦੇ ਅੰਦੋਲਨ ਦੀ ਹਮਾਇਤ ਕੀਤੀ ਸੀ ਪਰ ਫਿਜ਼ੀਕਲੀ ਉਹ ਕਿੱਥੇ ਛੱਤ ਤੇ ਝੰਡੇ ਲਾਉਣ ਜੋਗੀ ਆ ਹਾਂ ਠੀਕ ਹੈ ਨਾ ਜੀ ਧਰਤਲ ਤੇ ਨਹੀਂ ਆਉਂਦੇ ਧਰਤਲ ਤੇ ਹੁੰਦੇ ਨਾ ਜੇ 1500 ਧਰਦੇ ਲੱਗੇ ਆ ਪੰਜਾਬ ਦੇ ਵਿੱਚ ਉਥੇ ਤੁਸੀਂ ਉਸ ਧਰ ਉਹਨਾਂ ਧਰਨਾਂ 'ਚ ਨਾ ਜਾਓ ਜਿੱਥੇ ਕਿਸਾਨਿਆਂ ਨੂੰ ਕਿਸਾਨ ਕਹਿੰਦੇ ਅਸੀਂ ਤੁਹਾਨੂੰ ਅੰਦਰਵਾੜਦੇ ਨਹੀਂ ਤੁਸੀਂ ਆਪਣੇ ਪੈਡਨਰ ਵੱਖੜੇ ਕਰ ਲਓ ਕਰੋ ਕਿਸਾਨਾਂ ਦੇ ਹੱਕ ਦੇ ਵਿੱਚ ਪਤਾ ਲੱਗੇ ਵੀ ਤੁਸੀਂ ਜ਼ਮੀਨੀ ਪੱਧਰ ਤੇ ਉਹਨਾਂ ਦੇ ਨਾਲ ਹੋ ਛੱਤ ਤੇ ਝੰਡਾ ਲਹਿਰਾ ਲੈਣਾ ਆਪਣੇ ਵਹੀਕਲ ਤੇ ਝੰਡਾ ਲਾ ਲੈਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਿਆਸੀ ਨਟੰਕੀ ਦਾ ਹਿੱਸਾ ਹੈ ਤੁਸੀਂ ਰਾਜਨੀਤਿਕ ਨਟੰਕੀ ਦੀ ਗੱਲ ਕੀਤੀ ਕੈਪਟਨ ਅਮਰਿੰਦਰ ਵੀ ਨਟੰਕੀ ਕਰ ਰਹੇ ਨੇ ਹੋਂ ਕਿ ਜਾਂ ਕੋਈ ਸਿਆਸੀ ਦਾਅਵੇ ਕਹਿੰਦੇ ਕਿ ਉਹ ਜਿਹੜਾ ਕਾਂਗਰਸ ਦੇ ਅੰਦਰ ਬਿਵਾਦ ਚੱਲ ਰਿਹਾ ਪੰਜਾਬ ਦੇ ਵਿੱਚ ਉਹਨੂੰ ਲੈ ਕੇ ਥੋੜੇ ਜਿ ਟਿੱਲੇ ਪਏ ਨੇ ਪਿੱਛੇ ਆਏ ਨੇ ਕੁਝ ਦੇਖੋ ਮੈਂ ਸਮਝਦਾ ਹਾਂ ਵੀ ਕਾਂਗਰਸ ਪਾਰਟੀ ਬਾਰੇ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਮੈਂ ਅੱਜ ਤੋਂ 4-5 ਹਫ਼ਤੇ ਪਹਿਲਾਂ ਏਸੀ ਪ੍ਰੋਗਰਾਮ 'ਚ ਕਿਹਾ ਸੀ ਵੀ ਕਾਂਗਰਸ ਪਾਰਟੀ ਦੇ ਕੋਈ ਬਹੁਤ ਤਿੱਖੀ ਵੰਡ ਹੋਣ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਹੈ ਵੀ ਜਿਹੜੇ ਥੋੜੇ-ਬਹੁਤ ਮੈਂ ਉਸ ਗੱਲ ਨੂੰ ਥੋੜਾ ਅੱਗੇ ਲੈ ਕੇ ਜਾਣਾ ਵੀ ਜਿਹੜੇ ਥੋੜੇ-ਬਹੁਤ ਆਪ ਨੂੰ ਦਿਖਾਈ ਦਿੰਦੇ ਆ ਉਹ ਸਿਰਫ ਆਪੋ ਆਪਣੇ ਲੈਵਲ ਦੇ ਉੱਤੇ ਉਹਨਾਂ ਦੇ ਆਪੋ ਆਪਣੇ ਇੰਟਰਸਟ ਨੇ ਹ ਉਹਨਾਂ ਚ ਸਭ ਤੋਂ ਵੱਡਾ ਇੰਟਰਸਟ ਇਹ ਹੈ ਵੀ ਜਿਹੜਾ ਜਿਹੜਾ ਸਵਾਲ ਵੀ ਪੈਦਾ ਹੁੰਦਾ ਤੁਸੀਂ ਛੱਡ ਦਿਓ ਨਵਜੋਤ ਸਿੰਘ ਸਿੱਧੂ ਹਮ ਪ੍ਰਗਟ ਸਿੰਘ ਉਹਨਾਂ ਨੇ ਛੱਡ ਦਿਓ ਉਹ ਤਾਂ 2-3 ਸਾਲ ਤੋਂ ਹੀ ਲਗਾਤਾਰ ਕੋਈ ਨਾ ਕੋਈ ਗੱਲ ਉਠਾਉਂਦੇ ਰਹੇ ਆ ਉਹਨਾਂ ਦੇ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਦਾ ਮੋਟਿਵ ਹੋ ਰਿਹਾ ਪਰ ਜਿਹੜੇ ਹੁਣ ਬਾਕੀ ਉੱਠੇ ਨੇ ਸਾਰੇ ਤ੍ਰਿਪਤ ਰਣਜੀਤ ਸਿੰਘ ਬਾਜਵਾ ਸੁਖਜਿੰਦਰ ਸਿੰਘ ਸੁਰੀਂਦਰ ਦਾਵਾ ਜਾਂ ਚੰਨਜੀਤ ਸਿੰਘ ਚੰਨੀ ਵਗੈਰਾ ਜਾਂ ਸੁਰਜੀਤ ਧਮਾਨ ਵਗੈਰਾ ਇਹਨਾਂ ਨੂੰ ਮਨਨ ਇਲੈਕਸ਼ਨ ਵਾਲੇ ਸਾਲ ਹੀ ਕਿਉਂ ਚਿੰਤਾ ਹਾਂ ਕਿਉਂ ਚਿੰਤਾ ਇਤਿਹਾਸਾ ਕਾਂਗਰਸਾ ਹੂੰ ਪਿਛਲੀ ਵਾਰੀ ਵੀ ਜਦੋਂ ਕੈਪਟਨ ਮੋਰਿੰਦਰ ਦੀ ਸਰਕਾਰ ਸੀ 2002 ਤੋਂ 2007 ਤੱਕ ਪਟੜਵੀ ਵੀ ਪਟੜਵੀ ਉਦੋਂ ਤੱਕ ਵੀ ਉਦੋਂ ਵੀ ਇਦਾਂ ਸੀ ਸੋ ਮੇਰਾ ਮੇਰਾ ਮੰਨਣਾ ਇਹ ਸੀ ਵੀ ਇਹਨਾਂ ਦੇ ਨਾਰਾ ਨਾ ਪਿੱਛੇ ਕੋਈ ਬਹੁਤ ਵੱਡੀ ਇਹਨਾਂ ਦੀ ਫੋਲੋਇੰਗ ਫੋਲੋਇੰਗ ਹੈ ਨਹੀਂ ਵੀ ਹਾਂ ਵੀ ਇਹਨਾਂ ਦਾ ਮਰਾਡ ਦੇ ਕਾਰਜਕਾਲ 'ਚ ਵੀ ਹਟਾ ਕੇ ਉਹਨੂੰ ਪੱਠੜ ਬਣੀ ਸੀ ਬਿਲਕੁਲ ਬਿਲਕੁਲ ਤੇ ਸਾਡੇ ਤਜਰਬੇ ਵੀ ਦੱਸਦੇ ਆ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਖਾਨਾ ਜੰਗੀ ਆ ਨਾ ਉਹਦੇ ਐਕਸਪੀਰੀਅੰਸ ਵੀ ਦੱਸਦੇ ਆ ਵੀ ਇਹ ਵੱਧ ਤੋਂ ਵੱਧ ਜਿਹੜੀ ਜਿਹੜੀ ਸਤਾ 'ਚ ਧਿਰ ਹੁੰਦੀ ਹੈ ਜੋਦੇ ਖਲਾਫ ਵੀ ਹੁੰਦੇ ਆ ਟੁੱਟਦੇ ਵੀ ਆ ਕੋਈ ਵੱਖਰੇ ਧੜੇ ਵੀ ਬਣਾਉਂਦੇ ਆ ਤੇ ਉਹਨੂੰ ਹੀ ਮਦਦ ਕਰਦੇ ਆ ਸਾਡੇ ਸਾਹਮਣੇ ਸਭ ਤੋਂ ਵੱਡੀ ਮਿਸਾਲ ਇਹ ਆ ਵੀ ਸ਼ਰੋਬਨੀ ਅਕਾਲੀ ਦਲ ਤੋਂ ਉਹਨਾਂ ਦੇ ਆਪਣੇ ਪਰਿਵਾਰ ਦੇ ਮਨਪ੍ਰਿਤ ਬਾਦਲ ਟੁੱਟ ਕੇ ਜਿਹੜਾ ਆ ਆਪਣਾ ਵੱਖਰਾ ਦਲ ਬਣਾਉਂਦੇ ਆ ਠੀਕ ਹੈ ਨਾ ਜੀ ਪੀਪਲਸ ਪਾਰਟੀ ਬਣਾਉਂਦੇ ਆ 6.5% ਵੋਟਾਂ ਲੈਂਦੇ ਆ ਜਿੱਤਦਾ ਕੋਣ ਆ ਉਸ ਦੌਰ ਚ ਅਕਾਲੀ ਦਲ ਅਕਾਲੀ ਦਲ ਮਤਲਬ ਜੇ ਅੱਜ ਕਾਂਗਰਸ ਪਾਰਟੀ ਟਿੱਕੀ ਵਾਂ ਤੋਂ ਹੋਣੀ ਹੋਣੀ ਜੇ ਇੱਕ ਤੁਹਾਡਾ ਟੁੱਟ ਵੀ ਜਾਵੇ ਪੰਜ ਚਾਰ ਬੰਦੇ ਟੁੱਟ ਕੇ ਵੱਖਰੀ ਪਾਰਟੀ ਬਣਾ ਲੈਣ ਤਾਂ ਜਿਹੜੀ ਐਂਟੀ ਇਨਕੰਵੈਨਸੀ ਵੋਟ ਹੈ ਜਿਹੜੀ ਕੈਪਟਨ ਮੋਹਨਿੰਦਰ ਦੇ ਖਿਲਾਫ ਹੈ ਉਹ ਜਿਹੜੀ ਪੈਣੀ ਸੀ ਕਿਸੇ ਹੋਰ ਨੂੰ ਜਿਹੜੀ ਜਿਹੜੀ ਮੁੱਖ ਵਿਰੋਧੀ ਧਿਰਵਾਨੀ ਸੀ ਮੰਨ ਲਓ ਜਿਹੜੀ ਅਕਾਲੀ ਜਨਤਾ ਆਪ ਨੂੰ ਜਾ ਸਕਦੀ ਸੀ ਹਾਂ ਉਹ ਉਹ ਇਹਨਾਂ ਨੂੰ ਜਾਣੀ ਉਹ ਇਹਨਾਂ ਨੂੰ ਆਪਣੇ ਨੂੰ ਪੈ ਜਾਣੀ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਫਾਇਦਾ ਬਚਾਉਗੇ ਫਾਇਦਾ ਸਿੱਧਾ ਇਹਨਾਂ ਨੂੰ ਕਿਉਂਕਿ ਉਹ ਵੋਟ ਨੇ ਉਧਰ ਤੋਂ ਅਸਰ ਕਰਦਾ ਸੀ ਜਾ ਕੇ ਜਿਉਂ ਅਕਾਲੀ ਜਨਤਾ ਨੂੰ ਪੈਂਦੀ ਆਮ ਆਵਾ ਤੈਨੂੰ ਕਿਉਂਕਿ ਉਹ ਵੋਟ ਜਿਹੜੀ ਆ ਜਿਹੜੀ ਜਿਹੜੀ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕਦੀ ਸੀ ਪਰ ਉਹ ਵੋਟ ਨੂੰ ਇੱਕ ਸਾਈਡ ਤੇ ਲਿਜਾ ਕੇ ਰੱਖ ਦਿੱਤਾ ਗਿਆ ਐਂਟੀ ਇਨਕੰਮਪੈਂਸੀ ਦੀ ਵੋਟ ਜਿੱਥੇ ਪੈਣੀ ਚਾਹੀਦੀ ਸੀ ਉਹਦੀ ਥਾਂ ਤੇ ਇੱਕ ਵੱਖਰੇ ਪੋਲ ਤੇ ਪੈ ਗਏ ਤੇ ਉਹਨਾਂ ਕੋਲ ਜਿਹੜੀ ਪੱਕੀ ਠੱਕੀ ਵੋਟ ਰਹਿ ਗਈ ਉਹ ਫਿਰ ਜਿੱਤ ਗਏ ਇਹੀ ਹੋਇਆ ਬਾਦਲ ਇੰਦੇ ਜਿੱਤੇ ਸੀ ਨਾ ਬਾਦਲ ਇੰਦੇ ਜਿੱਤੇ ਸੀ ਠੀਕ ਹੈ ਨਾ ਆਲਟੀਮੇਟਲੀ ਇਹ ਫਾਰਮੂਲਾ ਹੈ ਸੋ ਮੈਨੂੰ ਨਹੀਂ ਲੱਗਦਾ ਜਿਹੜਾ ਦਾਅ ਦੀ ਦਾਫੇ ਦੀ ਗੱਲ ਹੈ ਮੈਨੂੰ ਲੱਗਦਾ ਕਿ ਕੈਪਟਨ ਮੋਰਿੰਦਰ ਨੂੰ ਇੱਕ ਤਾਂ ਪ੍ਰਿੰਕਾ ਗਾਂਧੀ ਦਾ ਜਿਹੜਾ ਫੋਨ ਆਇਆ ਪ੍ਰ ਉਹ ਆਪਣੇ ਬੰਦਿਆਂ ਦੇ ਖਿਲਾਫ ਹੀ ਫਾਈਲਾਂ ਖੋਲਣ ਦੇ ਬੀ ਇਹ ਠੀਕ ਨਹੀਂ ਹੈ ਇੱਕ ਤਾਂ ਇਹ ਹੈ ਵੀ ਸ਼ਾਇਦ ਹਾਈ ਕਮਾਂਡ ਦਾ ਇਹ ਦਖਲ ਹੈ ਉਹਦੇ ਚ ਕੈਪਟਨ ਮੁਰਿੰਦਰ ਨੇ ਮੈਂ ਮੈਂ ਸਮਝਦਾ ਕਿ ਕੈਪਟਨ ਮੁਰਿੰਦਰ ਵੀ ਕਈ ਵਾਰੀ ਖੜਕੇ ਦੜਕੇ ਦੀ ਪੋਲਿਟਿਕਸ ਕਰਦੇ ਆ ਪਰ ਆਹ ਸਟੈਪ ਉਹਨਾਂ ਨੇ ਸ਼ਾਇਦ ਵਾਜਬ ਤਰੀਕੇ ਦੇ ਨਾਲ ਇੱਕ ਇੱਕ ਸਟੈਪ ਪਿੱਛੇ ਜਾਓ ਤੇ ਦੋ ਕਦਮ ਅੱਗੇ ਜਾਓ ਵਾਲੀ ਜਿਹੜੀ ਇੱਕ ਨੀਤੀ ਹੁੰਦੀ ਆ ਉਹਦੇ ਤੇ ਅਮਲ ਕੀਤਾ ਤੇ ਨਾਲ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਦੇ ਚ ਜਿਹੜੇ ਛੋਟੇ ਮੋਟੇ ਜਿਹੜੇ ਵਿਰੋਧ ਆ ਉਹਨਾਂ ਨੂੰ ਉਹ ਦੂਰ ਉਹਨੇ ਕਰ ਲੈਣਾ ਮੈਨੂੰ ਇਹ ਲੱਗਦਾ ਮਰ ਕੇ ਹੁਣ ਕਾਰਵਾਈ ਨਹੀਂ ਹੋਏਗੀ ਮੰਤਰੀਆਂ ਤੁਹਾਨੂੰ ਇਹ ਲੱਗ ਰਿਹਾ ਨਹੀਂ ਉਹ ਤਾਂ ਕਾਰਵਾਈ ਤਾਂ ਉਹਨਾਂ ਨੇ ਬੰਡਲ ਬੰਦ ਕਰ ਦਿੱਤੇ ਹਾਲ ਫਿਲਹਾਲ ਹਾਲ ਫਿਲਹਾਲ ਉਹਨਾਂ ਨੇ ਜਿਹੜੀ ਬਿਜ਼ਨਸ ਦੀ ਜਾਂਚ ਖੋਲੀ ਸੀਗੀ ਨਵਜੋਤ ਕੌਰ ਸਿੱਧੂ ਨਵਜੋਤ ਸਿੱਧੂ ਦੇ ਖਿਲਾਫ ਬੰਦ ਕਰ ਦਿੱਤੀ ਚੰਜੀ ਸਿੰਘ ਚੰਨੀ ਵਾਲਾ ਮੀਟੂ ਵਾਲਾ ਜਿਹੜੀ ਆਕੇ ਜਿਹੜਾ ਇੱਕ ਮਾਹੌਲ ਜਾਂ ਬਣਾਇਆ ਸੀ ਉਹਨੂੰ ਵੀ ਵਾਈਂਡ ਅਪ ਕਰ ਦਿੱਤਾ ਹੈ ਤੇ ਰੰਦਾਵਾ ਉਹ ਸਾਰੀਆਂ ਚੀਜ਼ਾਂ ਵਾਈਂਡ ਅਪ ਹੈ ਤੇ ਹੁਣ ਇਹ ਜ਼ਰੂਰ ਹੈ ਕਿ ਡੈਮੇਜ ਕੰਟਰੋਲ ਕਿੱਦਾਂ ਕਰਨਾ ਅੱਜ ਵੀ ਥੋੜੀ ਦੇਰ ਤੱਕ ਗੱਲ ਆਏਗੀ ਵੀ ਅੱਜ ਵੀ ਉਹਨਾਂ ਦੀ ਮੀਟਿੰਗ ਹੈਗੀ ਆ ਵਰਚੁਅਲ ਮੀਟਿੰਗ ਹੈ ਆਪਣੇ ਵਿਧਾਇਕਾਂ ਨਾਲ ਆਪਣੇ ਮੰਤਰੀਆਂ ਦੇ ਨਾਲ ਉੱਥੇ ਕੀ ਹੁੰਦਾ ਕਿ ਮੁੜ ਕੇ ਕੋਈ ਰੌਲਾ ਰੱਪਾ ਪੈਂਦਾ ਪਰ ਰੌਲਾ ਰੱਪਾ ਜਿੰਨਾ ਮਰਜੀ ਪੈ ਜਾਏ ਕਾਂਗਰਸ ਪਾਰਟੀ 'ਚ ਜਿਹੜੀ ਵੰਡ ਹੈ ਜਿਹੜੀ ਵੰਡ ਸਿੱਧੀ ਤਿੱਖੀ ਵੰਡ ਹੁੰਦੀ ਹੈ ਜਿੱਥੇ ਪਿੱਛੇ ਲੋਕ ਦਿਖਾਈ ਦੇਣ ਐਮਐਲ ਪੰਚਾਰ ਇਧਰ ਉਧਰ ਹੋਣੇ ਕੋਈ ਬਹੁਤੀ ਗੱਲ ਨਹੀਂ 35 36 ਵੱਡੇ ਲੀਡਰ ਜਿਹੜੇ ਪਛਾਣ ਇਹ ਇਸ ਫੈਸਲੇ ਨਾਲ ਇਹ ਆਪਾਂ ਬ੍ਰੇਕ ਤੇ ਜਾਣਾ ਇਸ ਫੈਸਲੇ ਨਾਲ ਕਿ ਜੇ ਕੈਪਟਨ ਅੰਦਰ ਪਿੱਛੇ ਹਟਨੇ ਨੇ ਵਿਜਲਣ ਜਾਂਸ ਰੋਕੀ ਹੈ ਇਹਦੇ ਨਾਲ ਉਹ ਕਮਜ਼ੋਰ ਹੋਏ ਨੇ ਜਾਂ ਅਗਲੀ ਵਾਰ ਲਈ ਆਪਣਾ ਮੁੱਖ ਮੰਤਰੀ ਜਿਹੜਾ ਫਿਰ ਪੱਕਾ ਕਰ ਰਹੇ ਨੇ ਉਹ ਕਮਜ਼ੋਰ ਨਹੀਂ ਹੋਏ ਉਹਨਾਂ ਨੇ ਇੱਕ ਕਿਸਮ ਦਾ ਆਪਣਾ ਆਪਣੇ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨ ਦਾ ਕਿਤੇ ਨਾ ਕਿਤੇ ਕੋ ਪਲਾਨ ਬਣਾ ਲਿਆ ਇੱਕ ਤਾਂ ਹਾਈ ਕਮਾਂਡ ਦਾ ਵਿਸ਼ਵਾਸ ਹਾਸਲ ਕਰ ਲਿਆ ਕਿਸ ਲੈਵਲ ਤੇ ਹਾਕਮਾਨ ਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਤੁਹਾਡੇ ਕਹੇ ਤੇ ਮੰਨਦਾ ਜੀ ਮੈਂ ਨਹੀਂ ਉਹਦੇ ਵਿੱਚ ਇਹ ਵੀ ਇਹ ਵੀ ਕਹੀ ਤੁਹਾਡੇ ਕਹੇ ਤੇ ਮੰਨਦਾ ਪਰ ਉਹਨੇ ਨਾਲ ਇਹ ਵੀ ਕਹੀ ਹੈ ਵੀ ਪਿਛਲੇ ਲੰਬੇ ਸਮੇਂ ਤੋਂ ਨਵਜੋਤ ਸਿੱਧੂ ਜਾਂ ਬਾਕੀ ਲੋਕ ਜਿਹੜੇ ਆ ਅਨੁਸ਼ਾਸਨ ਜਿਹੜਾ ਪਾਰਟੀ ਦਾ ਭੰਗ ਕਰ ਰਹੇ ਆ ਤੇ ਹਾਰ ਕੇ ਮੈਂ ਬੋਲਿਆ ਸੀ ਵੀ ਸਾਡੇ ਦਰਵਾਜ਼ੇ ਬੰਦ ਆ ਮੈਂ ਦੋ ਵਾਰੀ ਲਾਂਚ ਤੇ ਵੀ ਬੁਲਾਇਆ ਨਵਜੋਤ ਸਿੰਘ ਸਿੱਧੂ ਨੂੰ ਇਹ ਗੱਲਾਂ ਰੱਖੀਆਂ ਨਾ ਹਾਰ ਕੇ ਮੈਂ ਬੋਲਿਆ ਸੀ ਪਰ ਉਹ ਤੁਹਾਡੀ ਗੱਲ ਨਹੀਂ ਮੰਨਦੇ ਹਾਂ ਉਹ ਫੇਰ ਵੀ ਜਿਹੜੇ ਆ ਸਰਕਾਰ ਆਪਣੀ ਹੀ ਸਰਕਾਰ ਦੀ ਆਲੋਚਨਾ ਕਰਦੇ ਆ ਤੁਹਾਡੇ ਕਹੇ ਤੇ ਮੈਂ ਤਾਂ ਮੰਨ ਗਿਆ ਹਾਂ ਇਹ ਦਾ ਪੇਚ ਹੁੰਦੇ ਆ ਦਾ ਪੇਚ ਹੁੰਦੇ ਆ ਤੇ ਦੂਜੀ ਗੱਲ ਐ ਕਿ ਬਹੁਤ ਵੱਡੀ ਤਿੱਖੀ ਵੰਡ ਨਹੀਂ ਐ ਤਿੱਖੀ ਵੰਡ ਤਾਂ ਤਾਂ ਹੁੰਦੀ ਜੇ ਸੱਚ ਵਿੱਚ ਬਰਾਬਰ ਦੀ ਟੀੜਕ ਖੜੀ ਹੁੰਦੀ ਤੇ ਉਹਦਾ ਇੱਕ ਚਿਹਰਾ ਦਿਖਾਈ ਦੇਣਾ ਹੁੰਦਾ ਉਹ ਤਾਂ ਹੈ ਨਹੀਂ ਕੋਈ ਵਿੱਚ ਇਹਦਾ 10 ਚਿਹਰੇ ਆ ਮੈਂ ਦੂਜੀ ਗੱਲ ਐ ਵੀ ਦੇਖੋ ਸਾਡੇ ਸਾਹਮਣੇ ਇੱਕ ਐਗਜ਼ਾਮਪਲ ਪੱਛੀ ਬਗਾਲ ਦੀ 35 40 ਵੱਡੇ ਲੀਡਰ ਵਿੱਚ ਐਮਐਲਏ ਵਿੱਚ ਸੰਸਦ ਮੈਂਬਰ ਜਿਹੜੇ ਐ ਤੇਣਾ ਨੂੰ ਕਾਂਗਰਸ ਨੂੰ ਛੱਡ ਕੇ ਗਏ ਸੀ ਬੀਜੇਪੀ ਦੇ ਕੋਲ ਹੂੰ ਹੋਇਆ ਕੀ ਨਤੀਜਾ ਆਪਾਂ ਦੇਖ ਲੈ ਜਿੰਨੀ ਦੇਰ ਤੱਕ ਲੋਕ ਨਹੀਂ ਨਾਲ ਉਹਦੇ ਤੇ ਇੱਕ ਐਮਐਲਏ ਦਾ ਇੱਕ ਐਮਪੀ ਦਾ ਜਾਣਾ ਕੋਈ ਮੈਨਾਂ ਨਹੀਂ ਰੱਖਾਂਦਾ ਬਿਲਕੁਲ ਜਿੰਨੇ ਲੋਕ ਨਹੀਂ ਨਾਲ ਉਹਨਾਂ ਦੇ ਐਮਐਲਏ ਐਮਐ ਤਾਂ ਜਾਣਾ ਐਮਪੀ ਦਾ ਜਾਣਾ ਕੋਈ ਮੈਨਾਂ ਨਹੀਂ ਰੱਖਦਾ ਪਰ ਅੱਜ ਕੱਲ ਖੈਰਾ ਦੀ ਚਰਚਾ ਜ਼ਰੂਰ ਹੈ ਕਿ ਖੈਰਾ ਫਿਰ ਵਾਪਸ ਆ ਰਹੇ ਨੇ ਉਹ ਖੈਰੇ ਨਾਲ ਲੋਕ ਗਏ ਸੀ ਜਾਂ ਖੈਰੇ ਨਾਲ ਲੋਕ ਆਉਣਗੇ ਆਪਣੇ ਆਪ ਚ ਸਾਰਿਆਂ ਨੂੰ ਪਤਾ ਹੈ ਕਿ ਕਿੰਨੇ ਲੋਕ ਜਾਂਦੇ ਨੇ ਤੇ ਕਿੰਨੇ ਆਉਂਦੇ ਨੇ ਪਰ ਖੈਰੇ ਦੀ ਕਾਂਗਰਸ ਆਉਣ ਦੀ ਚਰਚਾ ਜ਼ਰੂਰ ਹੈ ਪਰ ਸਵਾਲ RAMDEV ਨੂੰ ਲੈ ਕੇ ਵੀ ਹੈ ਤੇ ਸਵਾਲ ਸੋਸ਼ਲ ਸਾਈਟ ਨਾਲ ਕੇਂਦਰ ਦੇ ਪਏ ਵਿਵਾਦ ਨੂੰ ਲੈ ਕੇ ਵੀ ਅੱਜ ਪਰ ਵਿਚਾਰ ਚਰਚਾ ਕਰਾਂਗੇ ਪਰ ਸਮਾਂ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਲਈ ਰੁਕਾਂਗੇ ਹੁਣੇ ਪਰਤਦੇ ਆ ਤੁਸੀਂ ਵੇਖਦੇ ਰਹੋ ਵੀਰ ਜਨ ਪੰਜਾਬ ਟੀਵੀ ਬਿਜ਼ਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਪ੍ਰੋਗਰਾਮ ਚਰਚਾ ਦੇ ਮੁੱਦੇ 'ਤੇ ਕੁਰ ਫਿਰਸ ਵਕਤ ਆ। ਸੁਸ਼ੀਲ ਪਾਜੀ ਅੱਜਕੱਲ ਚਰਚਾ ਚੱਲ ਰਹੀ ਕਿ ਫੇਸਬੁੱਕ ਬੰਦ ਹੋਣ ਵਾਲਾ ਹੈ, ਟਵਿੱਟਰ ਬੰਦ ਹੋ ਜਾਣਾ ਜੀ, ਸੋਸ਼ਲ ਸਾਈਟਸ ਭਾਰਤ ਜਬਾਨ ਹੋਣ ਵਾਲੀਆਂ ਹੈ ਸਰਕਾਰ ਨਾਲ ਟਕਰਾਵ ਹੋ ਗਿਆ। ਇੱਕ ਤਾਂ ਕੋਰਟ 'ਚ ਵੀ ਪਹੁੰਚ ਗਿਆ। ਕੀ ਕੇਂਦਰ ਇਹਨਾਂ ਨੂੰ ਨੱਥ ਪਾਉਣਾ ਚਾਹੁੰਦਾ ਜਾਂ ਇਹ ਕੁਝ ਬਦੀਕੀਆਂ ਕਰ ਰਹੇ ਨੇ? ਦੇਖੋ ਇਹਨਾਂ ਦਿਨਾਂ ਦੇ ਵਿੱਚ ਪਰੇਸ਼ਾਨੀ ਬੜੀ ਬਣੀ। ਸਰਕਾਰ ਵਾਸਤੇ ਬਹੁਤ ਪਰੇਸ਼ਾਨੀ ਦੇ ਸਬੱਬ ਬਣੇ ਆ ਚਾਹੇ ਉਹ ਕਿਸਾਨ ਅੰਦੋਲਨ ਹੈ ਕਿਸਾਨ ਅੰਦੋਲਨ ਦੇ ਤੱਕ ਪੈਰਲਰ ਜਿਹੜਾ ਆ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਹੈ ਇਹ ਪਹਿਲੀ ਵਾਰ ਹੋਇਆ ਅਸੀਂ ਵੀ ਇਹ ਗੱਲ ਕਹਿੰਦੇ ਰਹਿੰਦੇ ਹਾਂ ਕਿ ਸੋਸ਼ਲ ਮੀਡੀਆ ਤੇ ਬੜਾ ਕੁਝ ਆਉਂਦਾ ਹੈ ਬੜਾ ਕੁਝ ਫੇਕ ਵੀ ਆਉਂਦਾ ਹੈ WhatsApp ਦੇ ਉੱਤੇ ਜੋ ਆਉਦਾ ਉਹ ਸਾਰਾ ਸੱਚ ਨਹੀਂ ਹੁੰਦਾ ਤੇ ਪਰ ਅਸੀਂ ਇਹ ਵੀ ਕਹਿੰਦੇ ਰਹੇ ਹਾਂ ਕਿ ਜਿਹੜੀ ਨਵੀਂ ਤਕਨੀਕ ਹੈ ਉਹ ਵਿਰੋਧ ਕਰਨ ਦੀ ਥਾਂ ਦੇ ਉੱਤੇ ਤੁਸੀਂ ਇਸ ਤਕਨੀਕ ਨੂੰ ਆਪਣੇ ਆਪਣੇ ਲਈ ਵਰਤਦੇ ਕਿਉਂ ਨਹੀਂ ਭਾਵੇਂ ਕੰਫਰੈਂਟ ਵਰਲਡ ਦੀ ਟੈਕਨੀਕਸ ਹੈ ਸਾਰੀਆਂ ਤੇ ਉਹਦਾ ਲਾਭ ਜਿਹੜਾ ਉਹ ਲੋਕ ਲੈ ਕੇ ਜਾਂਦੇ ਆ ਇਹੀ ਸਰਕਾਰ ਨੇ ਉਹਦਾ ਕੋ ਲਾਭ ਥੋੜਾ ਲਿਆ ਭਾਰਤੀ ਜਨਤਾ ਪਾਰਟੀ ਦਾ ਆਰਟੀਕਲ ਕੰਮ ਬੜਾ ਬਹੁਤ ਇਸੇ ਕੰਮ ਲਈ ਇਹ ਸਰਕਾਰ ਜਦੋਂ ਆਈ ਹੈ ਸੋਸ਼ਲ ਮੀਡੀਆ ਦੇ ਸਾਰੇ ਵੀ ਤਾਂ ਆਈ ਹੈ ਨਾ ਸੋਸ਼ਲ ਮੀਡੀਆ ਦੇ ਝੂਠ ਤੂਫਾਨ ਬੋਲ ਕੇ ਸਾਰਾ ਕੁਝ ਆਈ ਹੈ ਨਾ ਪਰ ਕਿਸਾਨ ਅੰਦੋਲਨ ਨੇ ਇਹਦਾ ਇੱਕ ਪੈਰਲਰ ਆਪਣਾ ਇੱਕ ਸਾਰਿਆ ਸੀ ਟਵਿੱਟਰ ਦੇ ਉੱਤੇ ਵੀ ਤੇ ਬਾਕੀ ਸੋਸ਼ਲ ਮੀਡੀਆ ਦੇ ਬਾਕੀ ਸਾਈਟਸ ਜਿਹੜੀ ਪਲੇਟਫਾਰਮਸ ਤੇ ਵੀ ਇੱਕ ਤਾਂ ਇਸ ਗੱਲੋਂ ਸਰਕਾਰ ਬਹੁਤ ਦੁਖੀ ਹੈ ਵੀ ਸਾਡਾ ਅਸਲ ਜਿਹੜਾ ਸੱਚ ਹੈ ਨਾ ਉਹ ਇਹਨਾਂ ਸੋਸ਼ਲ ਪਲੇਟਫਾਰਮਸ ਦੇ ਉੱਤੇ ਜਿਹੜਾ ਆ ਨੰਗਾ ਹੋ ਰਿਹਾ ਦੂਜਾ ਕਰੋਨਾ ਕਾਲ ਦੇ ਵਿੱਚ ਜਿਸ ਕਿਸਮ ਦਾ ਫੇਲਿਆ ਦੇ ਸਰਕਾਰ ਦਾ ਰਿਆ ਉਹਦੇ ਤੇ ਜਿਹੜੀ ਨੁਕਤਾ ਚਿੰਨੀ ਆ ਨਾ ਤੇ ਉਹ ਤੱਥਾਂ ਦੇ ਨਾਲ ਹੂੰ ਕਾਫੀ ਹੱਦ ਤੱਕ ਸੋਸ਼ਲ ਮੀਡੀਆ ਤੇ ਬਹੁਤ ਹੈ ਸਰਕਾਰ ਨੂੰ ਇਹ ਡਰ ਪੈ ਗਿਆ ਵੀ ਇਹ ਤਾਂ ਕੰਮ ਖਰਾਬ ਆ ਵੀ ਜਿਹੜਾ ਸਾਡਾ ਹਥਿਆਰ ਅਸੀਂ ਵਰਤਦੇ ਹਾਂ ਉਹ ਸਾਡੇ ਹਥਿਆਰ ਸਾਡੇ ਖਿਲਾਫ ਵਰਤਿਆ ਜਾਣ ਲੱਗ ਪਿਆ ਫੇ ਸਰਕਾਰ ਨੇ ਪਿਛਲੇ 3 ਮਹੀਨੇ ਪਹਿਲਾਂ ਇੱਕ ਅਡਵਾਈਜ਼ਰੀ ਜਾਰੀ ਕੀਤੀ ਸੀ ਇਹ ਸਾਰੇ ਸੋਸ਼ਲ ਪਲੇਟਫਾਰਮਸ ਤੇ ਉਹਨਾਂ ਨੂੰ ਕੋਈ ਨੋਰਮਸ ਦਿੱਤੇ ਵੀ ਤੁਸੀਂ ਇਦਾਂ ਕਰੋ ਇਦਾਂ ਕਰੋ ਇਦਾਂ ਕਰੋ ਤੇ ਉਹਨਾਂ ਨੇ ਲਾਗੂ ਨਹੀਂ ਕੀਤੇ ਉਹ ਕਹਿੰਦੇ ਵੀ ਸਾਨੂੰ ਤੇ ਇਹਦੇ ਤੇ ਬਹੁਤ سارے ਡਾਊਟਸ ਆ ਅਸੀਂ ਤੁਹਾਡਾ ਡਿਬੇਟ ਕਰ ਲੈਨੇ ਆ ਸਰਕਾਰ ਨਾਲ ਬੈਠ ਕੇ ਆਪਾਂ ਗੱਲ ਕਰ ਲੈਨੇ ਆ ਤੁਸੀਂ ਕਹਿ ਦਿਓ ਜੀ ਮਤਲਬ ਜਿਹੜੀ ਵੀ ਕੋਈ ਸੂਚਨਾ ਆ ਰਹੀ ਹੈ ਸੋਸ਼ਲ ਮੀਡੀਆ ਤੇ ਉਹਦਾ ਜਿਹੜਾ ਸਰੋਤ ਹੈ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਸਿੱਧਾ ਹੀ ਪ੍ਰਾਈਵੇਸੀ ਦੇ ਉੱਤੇ ਹਮਲਾ ਹੈ ਜਦ ਇਹ ਹੋਇਆ ਕਿ ਸਾਡੇ ਕੋਲ ਅਸੀਂ ਐਸੀ ਜਰਨਲਿਸਟ ਆਪਾਂ ਕੰਮ ਕਰਦੇ ਆਪਾਂ ਨੂੰ ਪਤਾ ਹੈ ਸਾਡੇ ਕੋਲੋਂ ਸਾਡਾ ਸਰੋਤ ਜਾਣਣ ਦੀ ਕਿਸੇ ਦੇ ਕੋਲ ਕੋਈ ਅਧਿਕਾਰੀ ਨਹੀਂ ਹੈ ਅਸੀਂ ਆਪਣਾ ਸਰੋਤ ਕੋ ਦਸੀਏ ਜੇ ਕਾਂਗਰਸ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਸਰਕਾਰ ਦੇ ਅੰਦਰਲੀ ਕੋਈ ਖਬਰ ਸਾਡੇ ਕੋਲ ਹੈ ਤੇ ਅੰਦਰ ਦਾ ਸਾਡਾ ਕੋਈ ਸੋਰਸ ਸਾਾਨੂੰ ਕੰਮ ਦੇ ਰਿਹਾ ਤੇ ਅਸੀਂ ਉਹ ਨੰਗਾ ਥੜੂ ਕਰਾਂਗੇ ਇਹ ਸਾਡਾ ਅਧਿਕਾਰ ਹੈ ਨਾ ਤੇ ਇਸੇ ਤਰ੍ਹਾਂ سوشل میڈیا ਦੇ ਉੱਤੇ ਵੀ ਜੇ ਤੱਥਾਂ ਦੇ ਨਾਲ ਕੋਈ ਗੱਲ ਆ ਰਹੀ ਹੈ ਤੇ ਸਰਕਾਰ ਕਰੀ ਉਹਦਾ ਸੋਰਸ ਦੱਸੋ ਹਾਂ ਕਿੱਥੋਂ ਆਈ ਇਹ ਦੱਸੋ ਸੋਰਸ ਹੈ ਨਾ ਉਹਨੇ ਕਿਉਂ ਕਹ ਰਹੀਆਂ ਸਰਕਾਰ ਨੇ ਅਸਲ ਚ ਦਬਾਅ ਬਣਾ ਕੇ ਰੱਖਣਾ ਸਰਕਾਰ ਨੂੰ ਪਹਿਲੇ ਖਾ ਪੈ ਗਿਆ ਨਰਿੰਦਰ મોદી ਇਸ ਸਰਕਾਰ ਨੂੰ ਵੀ ਜਿਵੇਂ ਅਸੀਂ ਸਾਡਾ ਜਿਹੜਾ ਸੋ ਕਾਰਡ ਨੈਸ਼ਨਲ মিডিਆ ਉਹਨੂੰ ਉਹਨੂੰ ਕੰਟਰੋਲ ਕੀਤਾ ਖਰੀਦ ਲਿਆ ਉਹ ਖਰੀਦਿਆ ਇਹਨਾਂ ਨੇ ਨਹੀਂ ਖਰੀਦਿਆ ਅਸਲ ਦੇ ਵਿੱਚ ਉਸ ਸਾਰਾ ਜਿਹੜਾ ਸਾਡਾ মিডিਆ ਦੇਸ਼ ਦਾ ਜਿਹੜਾ ਹੈ ਉਹ ਤਾਂ ਹੈ ਹੀ ਉਹਨਾਂ ਕਾਰਪੋਰੇਟ ਜਿਹੜਾ ਇਹਨਾਂ ਕਾਰਪੋਰੇਟਸ ਉਹਨਾਂ ਦਾ 36 ਚੈਨਲ ਤਾਂ ਅੰਬਾਨੀਆਂ ਦੇ 22 ਚੈਨਲ ਹਨੀਆਂ ਦੇ ਠੀਕ ਹੈ ਜੀ ਉਹਨਾਂ ਨੂੰ ਸੂਟ ਕਰਦੀ ਹੈ ਸਰਕਾਰ ਇਸ ਕਰਕੇ ਇਹਦੇ ਹੱਕ ਸਾਰਾ ਕੋਈ ਉਹਨਾਂ ਇਹਨਾਂ ਨੂੰ ਇਹ ਲੱਗਦਾ ਵੀ ਜਿਵੇਂ ਜਿਹਨੂੰ ਅਸੀਂ ਗੋਦੀ মিডিਆ ਵੀ ਕਹਿੰਦੇ ਆ ਵੀ 99% মিডিਆ ਸਾਡੇ ਕੰਟਰੋਲ ਚ ਦੇ ਵਿੱਚ ਆ ਅਸੀਂ ਸੋਸ਼ਲ ਮੀਡੀਆ ਨੂੰ ਵੀ ਕੰਟਰੋਲ ਕਰੀਏ ਇਹ ਇਦਾਂ ਹੁੰਦਾ ਨਹੀਂ ਹੈ ਇੰਜਨ ਕਾਰਪੋਰੇਟ ਜਿਹੜਾ ਆ ਉਹਨਾਂ ਨੇ ਆਪਣੀਆਂ ਲੋੜਾਂ ਦੇ ਮੁਤਾਬਕ ਤੁਹਾਨੂੰ ਸਪੋਰਟ ਕੀਤੀ ਹੈ ਵਰਲਡ ਕਾਰਪੋਰੇਟ ਨੇ ਵੀ ਆਪਣੀਆਂ ਲੋੜਾਂ ਦੇ ਮੁਤਾਬਕ ਤੁਹਾਨੂੰ ਸਪੋਰਟ ਕੀਤੀ ਸੀ ਇਸੇ ਕਰਕੇ ਉਸ ਦੌਰ ਦੇ ਵਿੱਚ ਜਿਹੜੇ ਵੱਡੇ ਗਲੋਬਲ ਜਿਹੜੇ ادارے ਸੀ ਉਹਨਾਂ ਨੇ ਨਰਿੰਦਰ ਮੋਦੀ ਨਰਿੰਦਰ ਮੋਦੀ ਦੀ ਐਡੀ ਹਾਈ ਤਦੇ ਦਿੱਤੀ ਸੀ ਕਿ ਦੁਨੀਆ ਦਾ ਸਭ ਤੋਂ ਮਹਾਨ ਲੀਡਰ ਦੇ ਤੌਰ ਤੇ ਉਹਨਾਂ ਨੂੰ ਸਤਾਫਤ ਕਰ ਦਿੱਤਾ ਅੱਜ ਜਦੋਂ ਸੱਚ ਸਾਹਮਣੇ ਆ ਰਿਹਾ ਹੈ ਗਲੋਬਲ ਮੀਡੀਆ ਜਿਹੜਾ ਆ ਇੱਕ ਵੱਖਰੇ ਰਸਤੇ ਤੇ ਤੁਰ ਰਿਹਾ ਹੈ ਤੇ ਬਹੁਤ ਸਾਰੇ ਸੱਚ ਦੱਸ ਰਿਹਾ ਆ ਕੱਲ ਨਿਯਾਰਕਸ ਟਾਈਮ ਦੀ ਇੱਕ ਰਿਪੋਰਟ ਆਈ ਹੈ ਨਿਯਾਰਕਸ ਟਾਈਮ ਨੇ ਕਿਹਾ ਵੀ ਹਾਲਾਤ ਇਹ ਹਿੰਦੁ ਵੀ ਜੋਸ ਦਿਖਾਇਆ ਜਾ ਰਿਹਾ ਉਹ ਸੱਚ ਨਹੀਂ ਹੈ ਨਹੀਂ ਉਹਨੇ ਤਾਂ ਇੱਥੇ ਤੱਕ ਕਹਿਤਾ ਕਿ ਹੁਣ ਤੱਕ ਭਾਰਤ ਦੇ 70 ਕਰੋੜ ਲੋਕ ਕਰੋਨਾ ਦੇ ਪੀੜਤ ਹੋ ਚੁੱਕੇ ਆ ਹਮ ਜਿਹੜੇ ਰਿਵਰਸ ਹੋ ਗਏ ਠੀਕ ਹੋ ਗਏ ਨਾਲ ਨਾਲ ਆਪਣੀ ਵੱਖਰੀ ਗੱਲ ਹੈ ਸਰਕਾਰ ਕਹਿਦੀ ਹੈ 3 ਕਰੋੜ ਜਾਂ 3.5 ਕਰੋੜ ਉਹਨੇ ਇਹ ਵੀ ਕਹਿ ਦਿੱਤਾ ਕਿ ਸਰਕਾਰ ਕਹਿੰਦੀ ਹੈ 6 ਲੱਖ ਮੌਤਾਂ ਹੋਈਆਂ ਉਹ ਕਹਿ ਰਿਹਾ ਜਿਹੜੀਆਂ ਨਹੀਂ ਦਸੀਆਂ ਜਾ ਰਹੀਆਂ ਨਿਊਯਾਰਕਸ ਟਾਈਮ ਕਹਿੰਦਾ ਮੈਂ ਨਹੀਂ ਕਹਿਆ ਉਹ 42 ਲੱਖ ਮੌਤਾਂ ਦਾ ਅੰਕੜਾ ਦਿੱਤਾ ਨਿਊਯਾਰਕਸ ਟਾਈਮ ਨੇ ਜਦੋਂ ਇਹ ਸੱਚ ਆ ਜਾਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਗਲੋਬਲ ਮੀਡੀਆ ਦੇ ਉੱਤੇ ਇਹਨਾਂ ਨੂੰ ਤਕਲੀਫ ਹੋ ਰਹੀ ਹੈ ਵੇ ਸਾਡਾ ਤਾਂ ਸਾਰਾ ਕੁਝ ਨੰਗਾ ਹੋ ਗਿਆ ਅਸੀਂ ਤਾਂ ਬੜਾ ਕੁਝ ਲੁਕੋਇਆ ਸੀ ਲੁਕੋਇਆ ਸੀ ਨਾ ਡਾਟਾ ਦੀ ਟਰਾਂਸਪਰੈਂਸੀ ਤਾਂ ਹੈ ਹੀ ਨਹੀਂ ਇੱਥੇ ਕਿਸੇ ਕਿਸੇ ਦੀ ਪਾਰਦਰਸ਼ਤਾ ਨਹੀਂ ਇਸ ਕਰਕੇ ਉਹਨੂੰ ਕੰਟਰੋਲ ਕਰਨਾ ਉਹਨੂੰ ਕੰਟਰੋਲ ਕਰਨ ਦੇ ਨਾਂ ਦੇ ਉੱਤੇ ਉਹਨਾਂ ਨੇ ਕੁਝ ਐਦਾਂ ਦੀ ਕੋਸ਼ਿਸ਼ਾਂ ਕੀਤੀਆਂ ਪਰ ਸੋਸ਼ਲ ਸਾਈਟਸ ਜਾਂ ਪਲੇਟਫਾਰਮਸ ਉਹ ਵੀ কোর্ਟ ਚ ਚਲੇ ਗਏ ਆ ਵੀ ਭਾਈ ਇਹ ਨਹੀਂ ਹੋ ਸਕਦਾ ਪੋਸਿਬਿਲਟੀ ਨਹੀਂ ਹੈ ਦੂਜੀ ਗੱਲ ਇਹ ਮੰਨ ਕੇ ਚੱਲਣਾ ਚਾਹੀਦਾ ਕਿ ਇਹ ਉਹ ਜਿਹੜੀ ਚਾਈਨਾ ਦੀ ਕੋ ਬੰਦ ਕੀਤਾ ਸੀ ਉਹਦਾ ਨਾਮ ਮੈਂ ਭੁੱਲ ਗਿਆ ਜਿਹੜੇ ਬਹੁਤ ਨਿਆਣੇ ਟਿਕਟੋਕ ਕੀਤਾ ਸੀ ਵੀ ਜਿਹੜਾ ਜਿਹੜੇ ਇਹ ਸੋਸ਼ਲ ਸਾਈਟਸ ਜਾਂ ਪਲੇਟਫਾਰਮ ਹੈ ਇਹ ਚਾਈਨਾ ਦਾ ਕੋ ਟਿਕਟੋਕ ਨਹੀਂ ਹੈ ਇਹਦੇ ਪਿੱਛੇ ਵਰਲਡ ਕਾਰਪੋਰੇਟ ਵਾ ਥਾ ਉਹ ਵਰਲਡ ਕਾਰਪੋਰੇਟ ਜਿਨ੍ਹਾਂ ਨੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਸੀ ਤੁਸੀਂ ਉਹਨਾਂ ਦੇ ਟਕਰਾਅ ਚ ਆਉਂਦੇ ਹੋ ਤਾਂ ਫਿਰ ਤੁਹਾਡੀ ਕੀ ਹਾਲਤ ਹੋਣੀ ਜਾਂਦਰ ਵਰਲਡ ਕਾਰਪੋਰੇਟ ਤੁਸੀਂ ਤੁਹਾਨੂੰ ਲੱਗ ਰਿਹਾ ਕਿ ਜਿਹੜੇ ਕਾਰਪੋਰੇਟ ਦੇ ਸਾਰੇ ਸਰਕਾਰ ਬਣੀ ਆ ਉਹ ਭਾਰਤ ਵਾਲਾ ਕਾਰਪੋਰੇਟ ਨਾਲ ਰੱਖਣਾ ਚਾਹੁੰਦੀ ਆ ਬੜ ਜਲੇ ਨਾਲ ਟਕਰਾਜ ਆਗੀ ਕਿਉਂਕਿ ਰਾਮਦੇਵ ਵਾਲਾ ਮੁੱਦਾ ਵੀ ਕੁਛ ਜਾਇ ਲੱਗਦਾ ਮੈਨੂੰ ਨਹੀਂ ਇਹ ਮੈਨੂੰ ਲੱਗਦਾ ਭਾਰਤ ਦਾ ਜਿਹੜਾ ਕਾਰਪੋਰੇਟ ਹੈ ਉਹਨੂੰ ਉਹਨੂੰ ਵੀ ਹੁਣ ਕਿਤੇ ਨਾ ਕਿਤੇ ਥੋੜੀ ਬਹੁਤ ਜਿਹੜੀ ਜਿਹੜੀ ਅੱਗੇ ਤਸੱਲੀ ਹੁੰਦੀ ਸੀ ਨਰਿੰਦਰ ਮੋਦੀ ਤੋਂ ਜਿਹੜਾ ਵਿਸ਼ਵਾਸ ਹੈ ਯਕੀਨ ਘਟਦਾ ਜਾ ਰਿਹਾ ਹੈ ਰਾਮਦੇਵ ਵਾਲਾ ਇਸ਼ੂ ਜਿਹੜਾ ਆ ਰਾਮਦੇਵ ਅਸਲ ਚ ਦੋ ਪੋਲਸ ਨੇ ਸਾਡੀ ਇੱਥੇ ਜਿਹੜੀ ਸਰਕਾਰ ਦੋ ਇੱਕ ਕਾਰਪੋਰੇਟ ਹੈ ਤੇ ਇੱਕ ਹਿੰਦੂਤਵ ਇਹ ਦੋ ਪੋਲ ਜਿਹੜੇ ਪੈਰਲਲ ਨਹੀਂ ਚੱਲ ਸਕਦੇ ਜਦੋਂ ਤੁਸੀਂ ਹਿੰਦੂਤਵ ਦੀ ਪੋਲਿਟਿਕਸ ਕਰਦੇ ਹੋ ਫਿਰ ਟਕਰਾਅ ਦੀ ਸਥਿਤੀ ਬਣਦੀ ਹੈ ਹਿੰਦੂਤਵ ਦੀ ਪੋਲਿਟਿਕਸ ਲਈ ਉਹਨਾਂ ਦੇ ਕੋਲ ਚਿਹਰੇ ਮੋਰੀ ਰਾਮਦੇਵ ਵਰਗੇ ਆ। ਹੂੰ ਰਾਮਦੇਵ ਅਸਲ ਦੇ ਵਿੱਚ ਹਿੰਦੂਤਵ ਹਿੰਦੂਤਵ ਦਾ ਚਿਹਰਾ ਨਹੀਂ ਹੈ ਪਰ ਇਹਨਾਂ ਨੂੰ ਲੱਗਦਾ ਕਿ ਸਾਡੀ ਹਿੰਦੂਤਵ ਦੀ ਰਾਜਨੀਤੀ ਇਦਾਂ ਦੇ ਲੋਕ ਅੱਗੇ ਲਾ ਕੇ ਅੱਗੇ ਚੱਲ ਸਕਦੀ ਹੈ। ਰਾਮਦੇਵ ਅਸਲ ਦੇ ਵਿੱਚ ਸ਼ੁੱਧ ਵਪਾਰੀ ਹੈ। ਉਹ ਉਹ ਮਤਲਬ ਕਹ ਲਓ ਵੀ ਸਵਦੇਸ਼ੀ ਦੇ ਨਾਂ ਦੇ ਉੱਤੇ ਆਪਣਾ ਉਹਨੇ ਲੁੱਟ ਤੰਤਰ ਕਾਇਮ ਕੀਤਾ ਹੋਇਆ। ਤੁਸੀਂ ਇਹ ਦੱਸੋ ਵੀ ਜਿਹੜੀ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਹੁਣ ਭਾਰਤ ਨੇ ਜਿਹੜੀ ਕੋਵਿਡ ਸ਼ੀਲਡ ਤੇ ਕੋਵਿਕਸਨ ਜਿਹੜੀ ਹੈ ਉਹ ਦੋ ਦਵਾਈਆਂ ਜਿਹੜੀ WHO ਨੇ ਕੋਵੈਕਸਨ ਨੂੰ ਤਾਂ ਹਾਲੇ ਤੱਕ ਵੀ ਮਨਜ਼ੂਰੀ ਨਹੀਂ ਦਿੱਤੀ ਠੀਕ ਹੈ ਨਾ ਜੀ ਜਿਹੜੇ ਕੋਵੈਕਸਨ ਲਈ ਆ ਉਹ ਤਾਂ ਟਰੈਵਲ ਵੀ ਕਰ ਸਕਦਾ ਬਾਹਰਲੇ ਕਿਸੇ ਮੁਲਕ ਦੇ ਵਿੱਚ ਉੱਥੇ ਪਾਬੰਦੀ ਹੈ ਜਦ ਤੱਕ WHO ਜਿਹੜਾ ਉਹਨੂੰ ਆਗਿਆ ਨਹੀਂ ਦਿੰਦਾ ਉਹਦੇ ਮੁਕਾਬਲੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਹੁਣ ਅਸੀਂ ਮੰਗਵਾ ਰਹੇ ਹਾਂ ਫਾਈਜ਼ਰ ਮੰਗਵਾ ਰਹੇ ਹਾਂ ਜਾਂ ਇੱਕ ਦੋ ਹੋਰ ਜਿਹੜੀ ਟੀਕੇ ਮੰਗਵਾ ਰਹੇ ਹਾਂ ਜਿਨ੍ਹਾਂ ਤੇ ਸਟੇਟਸ ਤੋਂ ਦੇਣ ਤੋਂ ਉਹਨਾਂ ਨੇ ਨਾ ਕਰਤੀਆਂ ਭਾਰਤ ਗੱਲ ਕਰ ਰਹੀ ਹੈ ਉਦੇ ਮੁਕਾਬਲੇ ਤੇ ਕੀ ਉਹ ਚਾਹਣਗੇ ਜਿਹੜਾ ਅਰਬਾ ਖਰਮਾ ਦਾ ਵਪਾਰ ਉਹਨਾਂ ਨੇ ਕੀਤਾ ਕਿ ਉਹ ਉਹਨਾਂ ਦੇ ਮੁਕਾਬਲੇ ਤੇ ਕੈਰੋਲਿਨ ਜਿਹੜੀ ਇਹਨੇ ਤਿਆਰ ਕੀਤੀ ਹੈ ਦਵਾਈ ਉਹ ਲੱਗ ਜਵੇ ਉਹ ਲੱਗ ਜਵੇ ਇਹ ਮਤਲਬ ਸਾਰੇ মিডিਏ ਤੇ ਕੈਰੋਲਿਨ ਦੇ ਇਸ ਵੇਲੇ ਜਿਹੜੇ ਸਟਾਰ ਚੱਲਣ ਰਹੇ ਆ ਤੇ ਕੈਰੋਲਿਨ ਦੀ ਸਿਫਤਾ ਕਰ ਦਿਆ ਕਰਦੇ ਆ ਉਹਨੇ ਇਸ ਤਰ੍ਹਾਂ ਦੇ ਲਫ਼ਜ਼ ਵਰਤੇ ਆ ਐਲੋਪੈਥੀ ਵਾਸਤੇ ਐਲੋਪੈਥੀ ਦੇ ਬਹੁਤ ਸਾਰੇ ਪੋਜ਼ਿਟਿਵ 네ਗਟਿਵ ਪੁਆਇੰਟ ਹੋ ਸਕਦੇ ਆ ਪਰ ਡਾਕਟਰਾਂ ਦੇ ਖਿਲਾਫ ਸ਼ਬਦ ਫਿਰ ਤੁਸੀਂ ਖਿਲਾਫ ਸ਼ਬਦ ਬਾਲਾ ਕ੍ਰਿਸ਼ਨ ਜਿਹਦਾ ਇਹਦਾ ਰਾਈਟ ਹੈਂਡ ਆ ਉਹ ਜਦੋਂ ਉਹਨੂੰ ਕਰੋਨਾ ਤੋਂ ਉਹਨੂੰ ਐਮਜ਼ ਚ ਜਾ ਕੇ ਦਾਖਲ ਕਰਾਉਂਦਾ ਬਿਲਕੁਲ ਬਿਲਕੁਲ ਤੇ ਜਦੋਂ ਫਿਰ ਉਹਨੂੰ ਵੀ ਭਾਈ ਆਪਣੀ ਕੈਰੋਲਿਨ ਦੇ ਲੈਂਦਾ ਇਹਦਾ ਆਪਣਾ ਡੇਰੀ ਪ੍ਰੋਡਕਟ ਦਾ ਜਿਹੜਾ ਚੇਅਰਮੈਨ ਸੀ ਉਹ ਇਸੀ ਕਰਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਬੜਾ ਸਖਤ ਰਿਐਕਟ ਕੀਤਾ 1000 ਕਰੋੜ ਰੁਪਏ ਦਾ ਹਰਜਾਨਾ ਵੀ ਦਾ ਨੋਟਿਸ ਵੀ ਇਹਨੂੰ ਦੇ ਦਿੱਤਾ ਵੀ ਮਹੀਨੇ ਦੇ ਵਿੱਚ ਜਾਂ ਤਾਂ ਤੂੰ ਆਪਣੇ ਮਾਫੀ ਮੰਗ ਮਾਫੀ ਵੈਸੇ ਉਹਨੇ ਮੰਗ ਵੀ ਲਈ ਆਪਣਾ ਬਿਆਨ ਵੀ ਵਾਪਸ ਲੈ ਲਿਆ ਉਹ ਦਿਨ ਫਿਰ ਹਮਲਾ ਲਗਾ ਉਹ ਦਿਨ ਫਿਰ ਆ ਗਿਆ ਡਾਕਟਰ ਹਰਸ਼ਵਰਧਨ ਡਾਕਟਰ ਹਰਸ਼ਵਰਧਨ ਜਿਹੜਾ ਸਾਡਾ ਹੈਲਥ ਮਨਿਸਟਰ ਹੈ ਉਹਨੇ ਫਿਰ ਚਿੱਠੀ ਲਿਖੀ ਉਸ ਤੋਂ ਬਾਅਦ ਇਹਨੇ ਆਪਣਾ ਬਿਆਨ ਵਾਪਸ ਲਿਆ ਪਰ 25 ਨੂੰ ਤੇ ਫੇਰ ਖੜੇ ਕਰ ਦਿੱਤੇ ਉਹ ਦਾਅਵੇ ਜਿਹੜੇ ਇਹ ਕਰਦਾ ਨਾ ਇਹ ਅਸਲ ਵਿੱਚ ਸ਼ੁੱਧ ਇੱਕ ਕਿਸਮ ਦਾ ਸਵਦੇਸ਼ੀ ਦੇ ਨਾਤੇ ਜਿਹੜਾ ਵਪਾਰ ਤੰਤਰ ਖੜਾ ਕੀਤਾ ਉਹ ਉਹਦੀ ਆਪਣੀ ਇੱਕ ਪੋਲਿਟਿਕਸ ਹੈ ਤੇ ਨਰਿੰਦਰ ਮੋਦੀ ਦੀ ਸਰਕਾਰ ਉਹਦੀ ਪੁਸ਼ਤਪਨਾਈ ਕਰਦੀ ਰਹੀ ਹੈ ਪਰ ਹੁਣ ਟਕਰਾਅ ਦੀ ਸਥਿਤੀ ਹੈ ਹੁਣ ਟਕਰਾਅ ਦੀ ਸਥਿਤੀ ਇਸ ਕਿਸਮ ਦੀ ਹੈ ਵੀ ਵਰਲਡ ਕਾਰਪੋਰੇਟ ਸ਼ਾਇਦ ਬਿਲਕੁਲ ਨਕਾਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਧੰਦੇ ਜਿਹੜੇ ਆ ਉਹਨੂੰ ਚੋਪਟ ਕਰਨ ਦੀ ਇੱਕ ਪਾਲਿਸੀ ਉਹਨਾਂ ਨੇ ਵੀ ਬਣਾਉਣੀ ਹੁੰਦੀ ਹੈ ਮਤਲਬ ਅਰਵਾ ਖਰਵਾਂ ਦਾ ਜਿਹੜਾ ਜਿਨ੍ਹਾਂ ਦਾ ਕਾਰੋਬਾਰ ਹੋਵੇ ਹਿੰਦੁਸਤਾਨ ਵਰਗੀ ਜਿਹੜੀ ਸਭ ਤੋਂ ਵੱਡੀ ਮੰਡੀ ਮੰਡੀ ਹੋਵੇ ਹੈ ਤੇ ਉਸ ਮੰਡੀ ਦੇ ਵਿੱਚ ਉਹਨਾਂ ਦੀ ਥਾਂ ਦੇ ਉੱਤੇ ਕੋਈ ਅਸਵਿਦੇਸ਼ੀ ਦੇ ਨਾਂ ਦੇ ਉੱਤੇ ਆਪਣਾ ਵਪਾਰ ਚਲਾਵੇ ਉਹ ਕਿੱਦਾਂ ਮਨਜ਼ੂਰ ਕਰ ਦੇਣਗੇ ਸੋ ਇਹ ਇਹ ਬੁਰੇ ਤੇ ਬਹੁਤ ਬੁਰੇ ਦੇ ਵਿੱਚ ਇੱਕ ਲੜਾਈ ਦਾ ਦੌਰ ਆਉਣ ਵਾਲਾ ਹੈ ਉਸ ਲੜਾਈ ਨੇ ਵੀ ਨਰਿੰਦਰ ਮੋਦੀ ਵਾਸਤੇ ਬਹੁਤ ਟ੍ਰੈਵਲ ਜਿਹੜੀ ਆ ਖੜੀ ਕਰ ਦੇਣੀ ਸੋ ਵਰਲਡ ਕਾਰਪੋਰੇਟ ਕਿਤਨਾ ਕਿਤੇ ਕਹਿੰਦੇ ਮੋਦੀ ਤੋਂ ਹੁਣ ਔ ਤੇ ਭਾਰਤੀ ਕਾਰਪੋਰੇਟਾਂ ਨੂੰ ਵੀ ਸਮਝਾਉਣ ਲੱਗੇ ਉਹ ਵੀ ਇਤੋਂ ਦੂਰ ਜਾ ਸਕਦੇ ਨੇ ਸੋ ਇਸ ਦਾ ਮਤਲਬ ਨરેન્દ્ર મોદી ਸਰਕਾਰ ਲਈ ਚੁਣੌਤੀਆਂ ਚੋਂ ਪਾਸੇ ਖੜੀਆਂ ਨੇ ਹਾਂ ਉਹਦੇ ਅੰਦਰ ਵੀ ਵਿਰੋਧ ਬਾਹਰ ਵੀ ਵਿਰੋਧ ਦੁਨੀਆ 'ਚ ਵੀ ਵਿਰੋਧ ਭਾਰਤ 'ਚ ਵੀ ਵਿਰੋਧ ਤੋਂ ਸਾਰੇ ਪਾਸਿਓਂ ਘਿਰਿਆ ਤਾਂ ਹੀ ਤਾਂ ਹੀ ਅਸੀਂ ਕਹਿਆ ਸੀਗਾ ਕਿ 6 ਮਹੀਨੇ ਹੀ 7 ਸਾਲਾਂ ਤੇ ਭਾਰੀ ਪੈ ਰਹੇ ਨੇ ਤੇ 7 ਸਾਲ ਦਾ ਜਸ਼ਨ ਮਨਾਉਣ ਦਾ ਵੀ ਸਰਕਾਰ ਨੂੰ ਮੌਕਾ ਨਹੀਂ ਮਿਲਿਆ ਕਿਉਂਕਿ ਸਾਰੇ ਪਾਸਿਓਂ ਫੇਲੀਅਰ ਹੀ ਆਨੇ ਨੇ ਕਿ ਕਿਹੜੇ ਮੂੰਹ ਦਿਖਾਉਣ ਕਿਸ ਮੂੰਹ ਨਾਲ ਬਾਹਰ ਆਉਣ ਸੋ ਇਹ ਆਪਣੇ ਆਪ ਸਵਾਲ ਸੀ ਇਸ ਲਈ ਹਰ ਪਹਿਲੂ ਤੇ ਵਿਵਾਖ ਰਾਇ ਰੱਖੀ ਸੁਸ਼ੀਲ ਸਾਹ ਜੀ ਨੇ ਫਿਰ ਪਰਤਾਂਗੇ ਨਵੇਂ ਵਿਸ਼ਿਆਂ ਨਾਲ ਨਵੇਂ ਮਹਿਮਾਨਾਂ ਨਾਲ ਤੁਸੀਂ ਵੇਖਦੇ ਰਹੋ ਵੀਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ